Immigration Services California Immigration Consultant Registered Ate Bonded Immigration Assistance Denal Citizenship Work Permit Process Service OCI Card Family Petition Indian Passport Indian Visa Ate Notary Public Lay Karo. Seko Immigration Services Gosharan Seko 22693 Hesperian Boulevard Suite 250 Hayward California call 5102009988 ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲੌਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ मान आसानी नाल मिलेगा उन्हें कॉल करो तीन सौ साठ छह ये दो लोकेशन तो सेवा में प्रदान कर देने सेकंड लोकेशन लॉस्ट हिल ट्रेवल सेंटर 14814 आठ एलोम स्ट्रीट लॉस्ट हिल्स फोन नंबर छह सौ इकाठ सात सौ सतानवे ओ यार की की सपने देखे सी कनेडा आने तो पहला ओ सपने पूरे करने हैं तो ड्रीम लाइनर एक्सप्रेस वाले नु कॉल कर ਜੀ ਹਾਂ ਡ੍ਰੀਮ ਲਾਈਨਰ 익ਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਸਤੇ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆਂ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਿਆ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜੀਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 trucking wale virod Nalsono. naal suno truck da manual ja automatic quick truck lube chete Ahinara na Track truck di Badia service layi quick truck lube Logi ji tiji location bhi khol exit 579 from highway 401 in napanee aho ji koi appointment nahi drive through facility exit 579 from highway 401 in napanee quick truck lube the one stop shop 5196220660 ya ja quicktrucklube.com qtl because we care ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫ੍ਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A B ਤੇ P ਦੀ ਟ੍ਰੇਨਿੰਗ ਕਾਰਸ ਬੱਸਿਸ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋ ਰਹਾਇਸ਼ ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ ਪ੍ਰੋਗਰਾਮ ਸ਼ਾਮਾਂ ਦਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਤੁਸੀਂ ਰੇਡੀਓ ਪੰਜਾਬ ਤੁਹਾਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਢਿੱਲੋਂ ਸਾਬ ਸਸਰੀ ਕਾਲ ਜੀ ਸਸਰੀ ਕਾਲ ਜੀ ਢਿੱਲੋਂ ਸਾਹਿਬ ਪ੍ਰਸ਼ਾਂਤ ਕਸ਼ੋਰ ਨਹੀਂ ਤਾਂ ਬਾਹਲਾ ਹੀ ਆਪਦੀ ਕਹਿੰਦੇ ਹੁੰਦੇ ਨਾ ਟੈਂਡ ਫੋੜੀ ਜੀ ਕਿਤੇ ਚੱਕ ਕੇ ਕਿਤੇ ਰੱਖ ਲੈਂਦਾ ਕਿਤੇ ਕਿਤੇ ਰੱਖ ਲੈਂਦਾ ਕਹਿੰਦੇ ਹੁਣ ਇੱਥੋਂ ਵੀ ਸਾਂਭ ਕੇ ਹੋਰ ਪਾਸੇ ਨੂੰ ਹੋ ਗਿਆ ਪੰਜਾਬ ਚ ਦੇਖੋ ਪ੍ਰਸ਼ਾਂਤ ਕਸ਼ੋਰ ਨੂੰ ਲੈ ਕੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਜੀ ਪਹਿਲੀ ਚਰਚਾ ਤਾਂ ਇਹ ਚੱਲ ਰਹੀ ਸੀ ਕਿ ਪ੍ਰਸ਼ਾਂਤ ਕਸ਼ੋਰ ਜਲਦੀ ਹੀ ਕਾਂਗਰਸ ਪਾਰਟੀ ਸ਼ਾਮਲ ਹੋ ਰੇ ਜੀ ਜਦੋਂ ਪੰਜਾਬ ਦੀ ਕਾਂਗਰਸ ਪਾਰਟੀ ਦਾ ਕਾਟੋਕ੍ਰਿਸ਼ ਚੱਲਦਾ ਸੀ ਜੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਪ੍ਰਸ਼ਾਂਤ ਕਸ਼ੋਰ ਰਾਹੁਲ ਗਾਂਧੀ ਨੂੰ ਪ੍ਰਿੰਕਾ ਗਾਂਧੀ ਤੇ ਇੰਦਰਾ ਗਾਂਧੀ ਨੂੰ ਇਕੱਠਿਆਂ ਮਿਲਦਾ ਹੂੰ ਹੂੰ ਤੇ ਥੋੜਾ ਸਮਾਂ ਨਹੀਂ ਘੰਟਿਆਂ ਬਦੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਜੀ ਉਸ ਗੱਲਬਾਤ ਤੋਂ ਬਾਅਦ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਆਪਣੀ ਕੋਠੀ ਤੇ ਬਣਾਉਂਦਾ ਹੈ ਤੇ ਉਹ ਨਾਲ ਮੰਥਨ ਕਰਦਾ ਕਿ ਕੁਝ ਕੀਤਾ ਜਾਵੇ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਉਹ ਇਹ ਖਬਰਾਂ ਆਈਆਂ ਕਿ ਪ੍ਰਸ਼ਾਂਤ ਕਸ਼ੋਰ ਕਾਂਗਰਸ ਪਾਰਟੀ ਜੋਇਨ ਕਰਨ ਵਾਲੇ ਜੀ ਸਰਗਰਮ ਰਾਜਨੀਤੀ ਚ ਆਉਣ ਵਾਲੇ ਇਹਦੇ ਤੇ ਵੀ ਕਾਫੀ ਜਿਹੜੇ ਹੈਗੀਆਂ ਚਰਚਾਵਾ ਚਲੀ ਗਈ ਹੂੰ ਹੂੰ ਕਿਉਂਕਿ ਪਹਿਲਾਂ ਪ੍ਰਸ਼ਾਂਤ ਕਸ਼ੋਰ ਜੀ ਆਪਾਂ ਦੇਖੀ ਤਾਂ ਪ੍ਰਸ਼ਾਂਤ ਕਸ਼ੋਰ ਦੀ ਜਿਹੜੀਆਂ ਰੌਸ਼ਨੀ ਚ ਉਦੋਂ ਆ ਹੂੰ ਹੂੰ ਜਦੋਂ 2014 ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਿਬ ਦੀ ਚੋਣ ਕੈਂਪੇਨ ਨੂੰ ਪਖਾਇਆ ਜੀ ਉਸ ਵੇਲੇ ਚਾਹੇ ਪੀ ਚਰਚਾ ਹਮ ਹਮ ਪ੍ਰੋਗਰਾਮ ਚੱਲਿਆ ਸੀ ਕਿਉਂਕਿ ਹਾਲਾਤ ਕੁਛ ਇਸ ਕਿਸਮ ਦੇ ਸੀ ਐਨਟੀ ਇੰਕੰਬੈਂਸੀ ਚਲਦੀ ਸੀ ਜੀ ਇੱਕ ਐਨਟੀ ਇੰਕੰਬੈਂਸੀ ਹੋਗੀ ਇੱਕ ਕੈਂਪੇਨ ਅਗੇਂਸਟ ਕ腐ਸ਼ਨ ਹਮ ਹਮ ਜਿਹੜੀ ਅੰਨਾ ਹਜ਼ਾਰੇ ਨੇ ਸ਼ੁਰੂ ਕੀਤੀ ਸੀ ਜੀ ਜੀ ਲੱਗਦਾ ਤਾਂ ਇਹ ਸੀ ਕਿ ਇਹ ਅੰਦੋਲਨ ਕ腐ਸ਼ਨ ਦੇ ਖਿਲਾਫ ਹੈ ਪਰ ਉਹ ਅਸਲ ਸੀ ਉਹ ਸੀਓ ਅਸਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਖਿਲਾਫ ਉਨੂੰ ਇਹ ਲੋਕ ਲੱਗਦਾ ਸੀ ਕਿ ਅੰਨਾ ਹਜਾਰੇ ਨੇ ਸ਼ੁਰੂ ਕੀਤਾ ਤੇ ਇਹ ਜਿਹੜੇ ਉਹ ਲੋਕ ਜਿਹੜੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੂੰ ਹੂੰ ਤੇ ਮਜਬੂਤ ਲੋਕਪਾਲ ਬਣਾਉਣਾ ਚਾਹੁੰਦੇ ਇਹ ਤਾਂ ਅੰਦੋਲਨ ਉਹਨਾਂ ਦਾ ਹੈ ਹੂੰ ਹੂੰ ਲੇਕਿਨ ਮਗਰੋਂ ਪਤਾ ਲੱਗਿਆ ਕਿ ਉਹ ਵਿਖਣ ਨੂੰ ਚਿਹਰੇ ਹੋ ਸੀ ਤੇ ਅਸਲ ਦੇ ਵਿੱਚ ਮਗਰ ਜਿਹੜੀ ਜਿਹੜੀ ਚਾਲਕ ਸ਼ਕਤੀ ਹੈ ਜੀ ਆਰਐਸਐਸ ਸੀ ਤੇ ਆਰਐਸਐਸ ਸੀ ਨੂੰ ਸਾਰਾ ਕੁਝ ਚਲਾ ਰਹੀ ਸੀ ਉਹਦਾ ਕਰਕੇ ਸਰਕਾਰ ਬਣਨੀ ਸੀ ਬਣ ਗਈ ਤੇ ਬੱਲੇ ਬੱਲੇ ਹੋ ਗਈ ਪ੍ਰਸ਼ਾਂਤਕ ਸ਼ੋਰ ਦੀ ਹੂੰ ਫਿਰ ਤੁਸੀਂ ਦੇਖਿਆ ਉਹਨਾਂ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈਗਾ ਪੰਜਾਬ ਚੋਂ ਦਾ 2017 ਚ ਜੀ ਪੰਜਾਬ ਦੇ ਵਿੱਚ 10 ਸਾਲ ਕਾਂਗਰਸ ਪਾਰਟੀ ਦਾ ਰਾਜ ਭਾਗ ਰਹਿਣੀ ਸੀ ਹਮ ਹਮ ਕਾਂਗਰਸ ਪਾਰਟੀ ਸੋਕੇ ਚ ਚਲਦੀ ਸੀ ਕੁਝ ਹਾਲਾਤ ਇਹੋ ਜੇ ਬਣ ਗਏ ਹਮ ਹਮ ਕਿ ਕਾਂਗਰਸ ਪਾਰਟੀ ਦਾ ਦਰ ਲਾਗੇ ਉਹਨਾਂ ਹਾਲਾਤਾਂ ਦੇ ਵਿੱਚ ਦੇਖੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜੀ ਔਰ ਬੇਅਦਬੀ ਦੀਆਂ ਘਟਨਾਵਾਂ ਨੂੰ ਜਿਸ ਢੰਗ ਦੇ ਨਾਲ ਨਜਿੱਠਿਆ ਬੇਲੇ ਦੀ ਸਰਕਾਰ ਨੇ ਉਦਾ ਕਰਕੇ ਲੋਕ ਇਸ ਸਰਕਾਰ ਤੋਂ ਪੋਟਾ ਪੋਟਾ ਦੁਖੀ ਸੀ ਜੀ ਹਾਲਾਤ ਇਥੋਂ ਤੱਕ ਬਦਤਰ ਹੋ ਗਏ ਸੀ ਕਿ ਸਰਕਾਰ ਤੇ ਸਰਕਾਰ ਚਲਾਉਣ ਵਾਲਾ ਪਰਿਵਾਰ ਹੈ ਜਿਹੜਾ ਉਹ ਚੰਡੀਗੜ੍ਹ ਤਕਸੀਮ ਤੋਂ ਕਿਰੇਆ ਗਿਆ ਸੀ ਜੀ ਜੀ ਤੁਹਾਡੇ ਮੈਂ ਯਾਦ ਕਰਾਉਣਾ ਆਪਾਂ ਦੋਨੋਂ ਹੀ ਚੰਡੀਗੜ੍ਹ ਗਏ ਸੀ ਹੂੰ 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 ਸੈਕਟਰ 2 ਦੀ ਇੱਕ ਕੋਠੀ 'ਚ ਆਪਾਂ ਇੱਕ ਸੱਜਣ ਨੂੰ ਮਿਲਣ ਵਾਸਤੇ ਗਏ ਆ ਜਿਹੜਾ ਤੁਹਾਡੇ ਵਕਫਕਾਰ ਸੀ ਉਹਨੂੰ ਬਿਮਾਰੀ ਕਲਲੀ ਸੀ ਜੀ ਜੀ ਖਬਰ ਲੈਣ ਵਾਸਤੇ ਗਏ ਆ ਤੇ ਉਹਨੇ ਸੱਜਣ ਨੇ ਕਿਸੇ ਸਖਸ਼ ਦਾ ਨਾਮ ਲਿਆ ਕਿ ਬਾਦਲ ਪਰਿਵਾਰ ਦਾ ਫਲਾਬੰਦਾ ਵੀ ਇੱਥੇ ਆਇਆ ਹੋਇਆ ਉਹਨੂੰ ਵੀ ਬੁਲਾਉਣੇ ਜੀ ਟੈਲੀਫੋਨ ਕਰਕੇ ਬੁਲਾ ਲਿਆ ਹੂੰ ਹੂੰ ਉਹ ਬੰਦਾ ਆ ਗਿਆ ਤੇ ਬਹਿ ਗਿਆ ਤੇ ਮੈਂ ਬੈਸੀ ਉਹਨੂੰ ਪੁੱਛ ਲਿਆ ਮੈਂ ਕਿ ਚਾਚਾ ਜੀ ਕਦੋਂ ਆਏ ਹੋ ਹੂੰ ਹੂੰ ਆਜ ਆਏ ਹੋ ਕਿ ਕਰ ਲਏ ਕਹਿੰਦਾ 15 ਦਿਨ ਹੋ ਗਏ ਜੀ ਮੈਂ ਕਿਹਾ ਜੀ 15 ਦਿਨ ਹੋ ਗਏ ਕਿਵੇਂ ਹੂੰ ਹੂੰ ਉਹ ਕਹਿੰਦਾ ਯਾਰ ਉਹ ਜਿਹੜੇ ਹੈਗੇ ਐ ਨਾ ਸਾਡੇ ਲੱਗੇ ਹੋਏ ਵੱਡੇ ਘਰ ਦੇ ਹੂੰ ਹੂੰ ਮਲਾਜ਼ਮ ਹੂੰ ਹੂੰ ਆਪਣੇ ਆਪ ਨੂੰ ਤਾਂ ਕਹਿੰਦਾ ਉਹ ਐਸਟੀ ਸਮਝਦੇ ਕੀ ਹੈ ਤਾਂ ਤਨਖਾਹਦਾਰ ਮਲਾਜ਼ਮ ਹੂੰ ਹੂੰ ਉਹ ਤਨਖਾਹਦਾਰ ਮਲਾਜ਼ਮ ਕਹਿੰਦਾ ਸਾਡੇ ਘਰੇ ਆ ਕੇ ਕਹਿੰਦੇ ਜੀ ਚੈੱਕ ਵੰਡ ਕੇ ਆਉਣੇ ਜੀ ਤੇ ਕਹਿੰਦਾ ਮੈਨੂੰ ਤਾਂ ਫ ਹੂੰ ਵਿਖਾਣ ਪੀਣ ਨੂੰ ਬਾਦਰੀ ਤੇ ਟੰਬੇ ਖਾਣ ਨੂੰ ਰਿਸ਼ ਤੇ ਪਾਰਟਿਸਲਾਰੀਅਰ ਕੇ ਮੋਰ ਮੇਰੇ ਤੇ ਮੇਰੇ ਮੁੰਡੇ ਦੇ ਕਰਵਾ ਦੇਉਗੀ ਉਦੋਂ ਹੀ ਕਹਿੰਦਾ ਮੈਂ ਤਾਂ ਤੇਰੀ ਚਾਚੀ ਨੂੰ ਕਿਹਾ ਪੀਪੇ ਚ ਪਲਾ ਆਟਾ ਤੇ ਚਲੀ ਗਏ ਚੰਡੀਗੜ੍ਹ ਆਪਦੀ ਕੁਠੀ ਚ ਜਾ ਕੇ ਮੈਂਨੇ ਹਲਾਤਾ ਬਣੇ ਵੀ ਸੀ ਜੀ ਹੁਣ ਜੀ ਆਪਾਂ ਇਹ ਕਹਿ ਦਈਏ ਉਹ ਨਾਲ ਦੀ ਨਾਲ ਹੀ ਜਿਹੜਾ ਨਸ਼ੇ ਵਾਲਾ ਚਿੱਟੇ ਵਾਲਾ ਪ੍ਰੋਗਰਾਮ ਚੱਲਦਾ ਸੀ ਤਰਾਹੀ ਤਰਾਹੀ ਸਾਰੇ ਪਾਸੇ ਹੋਈ ਸੀ ਜੀ ਇਹਦੇ ਚੱਲਦੇ ਲੋਕ ਤਬਦੀਲੀ ਚਾਹੁੰਦੇ ਸੀ ਹੂੰ ਔਰ ਅਕਾਲੀ ਦਲ ਤੋਂ ਲੋਕ ਜਿਹੜੇ ਨਿਰਾਸ਼ ਸੀ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਚੁਕਾ ਸੀ ਜੀ ਜੀ 2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੂੰ ਇਥੇ ਲੋਕਾਂ ਦੀ ਹਮਾਇਤ ਮਿਲਦੀ ਹੈ ਸਰਕਾਰ ਉਹਨਾਂ ਦੀ ਬਣ ਸਕਦੀ ਸੀ ਹਮਮ ਲੇਕਿਨ ਉਹਨਾਂ ਦੀ ਉਸ ਵੇਲੇ ਦੀ ਦੀ ਲੀਡਰਸ਼ਿਪ ਸੀ ਜਿਹਨੂੰ ਪੰਜਾਬ ਸਪੋਰਟ ਦੀ ਕੀਤਾ ਸੀ ਉਹਨਾਂ ਨੇ ਕੁਚਾ ਜੀ ਇਨਾ ਕੁਲਤਾ ਜੀ ਜੀ ਕਿ ਬੜੀ ਬੜਾਈ ਉਹਨਾਂ ਦੀ ਗੇਮ ਸਾਰੀ ਉਹ ਖਰਾਬ ਹੋ ਗਈ ਔਰ ਆਪਾਂ ਉਸ ਜੁਗ ਚ ਉਸ ਦੌਰ ਦੇ ਵਿੱਚ ਕਹਿੰਦੇ ਰਿਹਾ ਕਿ ਇਹਨਾਂ ਨੇ ਗੱਲ ਖੇਡ ਖਰਾਬ ਕਰ ਲਈ ਇਹਨਾਂ ਦੀਆਂ ਸੀਟਾਂ 25 ਤੋਂ ਵੱਧ ਨਹੀਂ ਹੋਣਗੀਆਂ ਜੀ 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 ਬਹੁਤ ਸਾਰੇ ਲੋਕ ਆਪਣੇ ਨਾਲ ਲੜ ਵੀ ਪੈਂਦੇ ਸੀ ਕਿ ਭਾਈ ਤੁਸੀਂ ਗਲਤ ਕਹੀ ਜਾਂਦੇ ਹੋ ਲੇਕਿਨ ਬਾਅਦ ਦੇ ਵਿੱਚ ਗੱਲਾਂ ਉਹ ਆ ਗਏ ਸੋ ਉਦੋਂ ਸਰਕਾਰ ਬਣ ਗਈ ਕਾਂਗਰਸ ਪਾਰਟੀ ਦੀ ਅਮਰਿੰਦਰ ਸਿੰਘ ਬਣ ਗਿਆ ਮੁੱਖ ਮੰਤਰੀ ਤੇ ਸੇਰਾ ਗੀਦੇਵੰਤ ਆ ਜੀ ਕਹਿੰਦੇ ਜੀ ਇਹ ਤਾਂ ਸਾਰਾ ਕੁਝ ਪ੍ਰਸ਼ਾਂਤ ਕਸ਼ੋਰ ਨੇ ਕੀਤਾ ਉਹ ਜਿਹੜੀ ਸੀ ਤਿਰ ਕੇ ਕਾਫੀ ਵੀ ਤੇ ਕੈਪਟਨ ਕੈਪਟਨ ਉਹਨੇ ਕੰਮ ਕੀਤਾ ਹਾਂ ਪੰਜਾਬ ਚਾਹੁੰਦੇ ਨੇ ਪੰਜਾਬ ਹਾਂ ਕੈਪਟਨ ਦੀ ਸਰਕਾਰ ਕੈਪਟਨ ਦੀ ਸਰਕਾਰ ਇਸ ਕਿਸਮ ਦੇ ਨਾਰੇ ਨਾਰਾ ਨਾਲ ਨਹੀਂ ਕਦੇ ਵੋਟਾਂ ਪੈਂਦੀਆਂ ਹੁੰਦੀਆਂ ਚਲੋ ਮੰਨ ਲਿਆ ਫਿਰ ਪ੍ਰਸ਼ੰਤ ਕਸ਼ੋਰ ਚਲੇ ਗਿਆ ਜੀ ਹੂੰ ਹੂੰ ਉੱਤਰ ਆਪਣਾ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਨतीश ਕੁਮਾਰ ਲਈ ਕੰਮ ਕੀਤਾ ਪੈਰ ਹਿੱਟ ਬਿਟੇ ਰਾ ਗਿਆ ਨतीश ਕੁਮਾਰ ਦੀ ਸਰਕਾਰ ਬਣ ਗਈ ਨतीश ਕੁਮਾਰ ਦੀ ਪਾਰਟੀ ਦਾ ਵੀ ਪ੍ਰਸ਼ੰਤ ਕਸ਼ੋਰ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਅੱਛਾ ਜੀ ਫਿਰ ਉਹ ਪਾਰਟੀ ਵੀ ਛੱਡਤੀ ਹੂੰ ਹੂੰ ਹੁਣ ਜਿਹੜੀ ਹੈਗੀ ਐ ਫਿਰ ਆ ਤੁਹਾਡੀ ਆਂਧਰਾ ਪ੍ਰਦੇਸ਼ ਹੋ ਗਿਆ ਕਸ਼ੋਰ ਬੰਗਾਲ ਵਾਲੀ ਗੱਲ ਨਾਲ ਉਹਨੇ ਬੜੀ ਬੱਲੇ ਬੱਲੇ ਕਰਵਾਤੀ ਹੂੰ ਹੂੰ ਬੰਗਾਲ ਵਾਲੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦੇ ਦਿਮਾਗ ਦੇ ਵਿੱਚ ਇਹ ਗੱਲ ਬਣ ਗਈ ਕਿ ਆਪਾਂ ਲੋਕਾਂ ਆਪਾਂ ਲੋਕਾਂ ਨੂੰ ਬਣਾਉਦੇ ਫਿਰਦੇ ਆ ਮੈਂ ਹੀ ਬਣ ਜਾ ਕਿਉਂ ਨਾ ਬਣ ਜਾਈਏ ਉਹਨੂੰ ਕਾਂਗਰਸ ਪਾਰਟੀ ਨਾਲ ਜਦੋਂ ਦੀ ਗੱਲ ਚੱਲੀ ਹੂੰ ਹੂੰ ਮੈਨੂੰ ਇੱਕ ਬੰਦੇ ਨੇ ਬਹੁਤ ਵਧੀਆ ਗੱਲ ਕਹੀ ਕਹਿੰਦਾ ਹੁਣ ਯਾਰ ਗੱਲ ਬਣ ਜਾਣੀ ਏ ਮੈਂ ਕਿਹਾ ਕੀ ਗੱਲ ਜੀ ਕਹਿੰਦਾ ਸਟ੍ਰੈਟੇਜਿਸਟ ਆ ਗਿਆ ਕਾਂਗਰਸ ਪਾਰਟੀ ਕੋਲੇ ਮੈਂ ਕਿਹਾ ਕਾਂਗਰਸ ਪਾਰਟੀ ਕੋਲ ਤਾਂ ਬੜੇ ਵੱਡੇ ਵੱਡੇ ਸਰਾਲੇ ਲੋਕ ਬੈਠੇ ਆ ਹੂੰ ਹੂੰ ਪਰ ਜਦੋਂ ਕਾਂਗਰਸ ਪਾਰਟੀ ਨੇ ਆਪਣਾ ਆਪਣੇ ਝੁੱਗੀ ਨੂੰ ਆਪ ਹੀ ਅੱਗ ਲਾਉਣੀ ਏ ਜੀ ਜੀ ਤੇ ਫਿਰ ਸਟ੍ਰੈਟੇਜਿਸਟ ਰਾਨਗੀ ਦਾ ਕੈਂਡੀਡੇਟ ਵੀ ਆ ਗਿਆ ਜੀ ਰਾਹੁਲ ਗਾਂਧੀ ਨੇ ਜਿਹੜੀ ਮੀਟਿੰਗ ਕੀਤੀ ਆਪਣੇ ਬੰਦਿਆਂ ਦੇ ਨਾਲ ਉਹਨੇ ਕਿਹਾ ਕਿ ਭੂਮਿਕਾ ਕੀ ਦਿੱਤੀ ਜਾਵੇ ਪ੍ਰਸ਼ਾਂਤ ਕਸ਼ੋਰ ਨੂੰ ਹੁਣ ਉੱਥੇ ਦਾ ਨਿਹਾਲੀਆ ਸਾਹਿਬ ਵੀ ਆ ਗਿਆ ਕਿ ਪ੍ਰਸ਼ਾਂਤ ਕਸ਼ੋਰ ਕੋਈ ਮਾੜੀ ਮੋਟੀ ਚੀਜ਼ ਤਾਂ ਨਹੀਂ ਲੈਂਦਾ ਜੀ ਇਹ ਹਰੀਸ਼ ਰਾਬਤ ਨੂੰ ਜਨਰਲ ਸੈਕਟਰੀ ਬਣ ਕੇ ਕਿਸੇ ਸਟੇਟ ਦਾ ਇੰਚਾਰਜ ਤਾਂ ਨਹੀਂ ਬਣਦਾ ਇਹ ਤਾਂ ਚਾਹੁੰਦਾ ਕਿ ਕਮਾਂਡ ਜਿਹੜੀ ਹੈਗੀ ਹੈ ਮੇਰੇ ਕੋਲੇ ਤੇ ਮੇਰੇ ਕੰਮ ਦੇ ਵਿੱਚ ਦਖਲੰਦਾਜ਼ੀ ਨਾ ਹੋਵੇ ਜੀ ਜੀ ਉੱਥੇ ਕਹਿੰਦੇ ਜੀ ਵੀ ਇਹਨੂੰ ਸੈਕਟਰੀ ਜਨਰਲ ਆਰਗੇਨਾਈਜੇਸ਼ਨ ਬਣਾ ਦਿੱਤਾ ਜਾਵੇ ਅੱਛਾ ਜੀ ਅਰਗੇਨਾਈਜੇਸ਼ਨ ਵਾਲੀ ਜਨਰਲ ਸੈਕਟਰੀ ਕੋਲ ਪ੍ਰਧਾਨ ਹਟਾਉਣੇ ਬਣਾਉਣੇ ਹਰ ਚਿੱਠੀ ਉਹਦੇ ਦਸਤਖਤਾਂ ਨਾਲ ਦਸਤਖਤਾਂ ਹੋਣੀਆਂ ਹਰ ਗੱਲਬਾਤ ਉਹਦੇ ਨਾਲ ਹੋਣੀ ਚੋਣ ਦੀ ਸਟ੍ਰੈਟਜੀ ਉਹਦੇ ਨਾਲ ਬਣਾਉਣੀ ਇੱਕ ਤਾਂ ਇਹਦਾ ਵੱਡਾ ਕਾਰਨ ਏ ਹੈ ਦੂਜਾ ਕਾਰਨ ਕੁਝ ਲੋਕ ਇਹ ਗੱਲ ਕਹਿੰਦੇ ਆ ਜੀ ਵੀ ਇੱਥੇ ਜਿਹੜੇ ਹੈ ਪੰਜਾਬ 'ਚ ਬਣ ਗਏ ਪਾਵਰ ਦੇ ਦੋ ਸੈਂਟਰ ਜੀ ਇੱਕ ਤਾਂ ਮੁੱਖ ਮੰਤਰੀ ਪਹਿਲਾਂ ਹੀ ਸੀ ਹੂੰ ਹੂੰ ਦੂਜਾ ਬਣ ਗਿਆ ਨਵਜੋਤ ਸਿੱਧੂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਪੱਟੋ ਉਤਾੜ ਹੈ ਜੀ ਦੋ ਧੜਿਆਂ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਆ ਪੂਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ ਹੂੰ ਹੂੰ ਹਾਈ ਕਮਾਂਡ ਦਾ ਜਿਹੜਾ ਹੈਗਾ ਕਾਂਗਰਸ ਪਾਰਟੀ ਦੀ ਦਾ ਐਡਾ ਨਜ਼ਰੀਆ ਜਿਹੜਾ ਹੈਗਾ ਨਕਾਰਾਤਮਕ ਹੈ ਜਾਂ ਉਹਨਾਂ ਨੂੰ ਸਮਝ ਹੈ ਨਹੀਂ ਜਾਂ ਉਹਨਾਂ ਦੀ ਪੰਜਾਬ ਵੱਲ ਕੋਈ ਨਜ਼ਰ ਹੈ ਨਹੀਂ ਉਹਨਾਂ ਨੂੰ ਪੰਜਾਬ ਦੀ ਝੁੱਗੀ ਜਿਹੜੀ ਉਜੜੀ ਉਹ ਦਿਖਦੀ ਨਹੀਂ ਜੀ ਉਹ ਝੁੱਗੀ ਜਿਹੜੀ ਉਜੜ ਰਹੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਸਿਆਣਾ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਵੀ ਜੇ ਉਹਨੂੰ ਪਤਾ ਹੀ ਹੈ ਵੀ ਹਾਰ ਨਹੀਂ ਹਾਰਨੇ ਨਾ ਨਹੀਂ ਹੂੰ 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 ਤੇ ਆਪਾਂ ਆਪਣਾ ਕੰਮ ਕਿਉਂ ਕਰਵਾਏਗੀ ਜੀ ਪਰ ਜਿੱਥੋਂ ਤੱਕ ਕਹਿੰਦੇ ਵੀ ਕੈਪਟਨ ਨੂੰ ਛੱਡਣ ਵਾਲੀ ਗੱਲ ਹੈ ਹੂੰ ਹੂੰ ਤੁਹਾਡੀ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਜਦੋਂ ਸੋਨੀਆ ਗਾਂਧੀ ਨੂੰ ਮਿਲਣ ਆਸਤੇ ਗਿਆ ਜੀ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ ਤੇ ਕੈਪਟਨ ਨੇ ਮਗਰੋਂ ਵੀ ਇਹ ਗੱਲ ਕਹੀ ਹੈ ਕਿ ਸੋਨੀਆ ਗਾਂਧੀ ਨੇ ਮੈਨੂੰ ਦੱਸਦਾ ਸੀ ਹੂੰ ਹੂੰ ਕਿ ਨਵਜੋਤ ਸਿੱਧੂ ਕਾਂਗਰਸ ਦਾ ਪ੍ਰਧਾਨ ਬਣੂਗਾ ਤਾਂ ਮੈਂ ਬਾਹਰ ਆ ਕੇ ਮੀਡੀਆ ਨੂੰ ਵੀ ਕਹਿਤਾ ਸੀ ਜੀ ਜੀ ਕਿ ਜੋ ਫੈਸਲਾ ਕਰਦੀ ਹੈ ਠੀਕ ਕਰੂਗੀ ਸੋਨੀਆ ਗਾਂਧੀ ਮੈਂ ਉਸ ਫੈਸਲੇ ਨੂੰ ਪ੍ਰਵਾਨ ਕਰੂੰਗਾ ਔਰ ਉਹਨੇ ਅਣਮੰਨੇ ਦਿਲ ਦੇ ਨਾਲ ਕਿਸੇ ਹੱਦ ਤੱਕ ਉਹਨੂੰ ਪ੍ਰਵਾਨ ਕੀਤਾ ਵੀ ਹੈ ਹੂੰ ਹੂੰ ਲੇਕਿਨ ਉਸੇ ਵੇਲੇ ਤੁਸੀਂ ਦੇਖਿਆ ਹੋਣਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੈਪਟਨ ਦੀ ਇੱਕ ਘੰਟਾ ਮੀਟਿੰਗ ਕਪੂ ਇੱਥੇ ਤਾਂ ਪ੍ਰਸ਼ਾਂਤ ਕਸ਼ੋਰ ਨੂੰ ਭਾਵੇਂ 4 ਮਹੀਨੇ ਪਹਿਲਾਂ ਲਾਤਾ ਸੀ ਹੂੰ ਹੂੰ ਲੇਕਿਨ ਕਹਿੰਦੇ ਵੀ ਉਹਨੇ ਜੁਆਇਨ ਨਹੀਂ ਕੀਤਾ ਆਇਆ ਤਾਂ ਕਦੇ ਹੈ ਹੀ ਨਹੀਂ ਅਗਲੀ ਵੱਡੀ ਗੱਲ ਜਿਹੜੀ ਦਾਨੇ ਵਾਲਿਆ ਸਾਹਿਬੇ ਲੱਗਦੀ ਹੈ ਛੱਡਣ ਵਾਲੀ ਉਹ ਇਹ ਹੈ ਕਿ ਪ੍ਰਸ਼ਾਂਤ ਕਸ਼ੋਰ ਦੇ ਖਿਲਾਫ ਇੱਕ ਪਟੀਸ਼ਨ ਪਾਈ ਦੀ ਹੈ ਇੱਕ ਬੰਦੇ ਨੇ ਹੂੰ ਜਿਸ ਬੰਦੇ ਨੇ ਪਟੀਸ਼ਨ ਪਾਈ ਸੀ ਸ਼ਾਇਦ ਉਹਦਾ ਨਾਮ ਲਾਭ ਸਿੰਘ ਹੈ ਜੀ ਉਹ ਕੋਚ ਹੈ ਕਿਸੇ ਮਤਲਬ ਵੀ ਰਹਿ ਗਿਆ ਗੇਮ ਦਾ ਹੂੰ ਉਸ ਬੰਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਜੀ ਪੀਟੀਸ਼ਨ ਦੇ ਰਾਹੀ ਉਹਨੇ ਮੰਗ ਕੀਤੀ ਅਭੀ ਇਹ ਬੰਦੇ ਨੂੰ ਕਿਵੇਂ ਬਣਾਤਾ ਐਡਵਾਈਜ਼ਰ ਕਿਸ ਟਰੰਗ ਦੇ ਨਾਲ ਬਣਾਤਾ ਚੀਫ ਐਡਵਾਈਜ਼ਰ ਕੈਬਨਟ ਦਾ ਇਹਨੂੰ ਸਟੇਟਸ ਦਿੱਤਾ ਕਹਿੰਦੇ ਜੀ ਤਨਖਾਹ ਲਊਗਾ ਭਾਵੇਂ 1 ਰੁਪਈਆ 1 ਰੁਪਈਆ ਭਾਵੇਂ ਲੈਣਾ ਉਹਨਾਂ ਪਰ ਕੈਬਨਟ ਦਾ ਰੈਂਕ ਹੀ ਬਹੁਤ ਵੱਡਾ ਹੈ ਬਹੁਤ ਵੱਡਾ ਹਾਂ ਹਾਂ ਔਰ ਤੁਸੀਂ ਇਹ ਦੇਖੋ ਕਿ ਉਹਦੇ ਉਹ ਬਣਨ ਤੋਂ ਬਾਅਦ ਉਹਦੀ ਟੀਮ ਜਦੋਂ ਇੱਥੇ ਕੰਮ ਕਰਦੀ ਸੀ ਤੇ ਫਿਰ ਕਈ ਟੈਲੀਫੋਨ ਵੀ ਆਉਣ ਲੱਗੇ ਸੀ ਐਮਐਲਏ ਨੂੰ ਹਾਂ ਹਾਂ ਕਿ ਭਾਈ ਇੰਨੇ ਪੈਸੇ ਲੱਗਣਗੇ ਤੈਨੂੰ ਟਿਕਟ ਦਵਾਦਣੀ ਤੇ ਲੋਕ ਭਾਲਣ ਲੱਗੇ ਸੀ ਪ੍ਰਸ਼ਾਂਤ ਕਸ਼ੋਰ ਦੀ ਟੀਮ ਕਿੱਥੇ ਆਪਾਂ ਟਿਕਟਾਂ ਲੈਣਗੇ ਕਹਿੰਗੇ ਨੂੰ ਇਹ ਹੋ ਗਿਆ ਸੀ ਜੀ ਕਹਿੰਦੇ ਟਿਕ ਟਿਕ ਕੱਟੀਆਂ ਜਾਣਗੀਆਂ ਜੀ ਜੀ ਫਿਰ ਪ੍ਰਸ਼ਾਂਤ ਕਸ਼ੋਰ ਨੇ ਇੱਕ ਮੀਟਿੰਗ ਲਈ ਸੀ ਐਮ ਐਲ ਏਜ਼ ਨਾਲ ਹੂੰ ਹੂੰ ਉਹਨਾਂ ਐਮ ਐਲ ਏਜ਼ ਨੂੰ ਕਿਹਾ ਸੀ ਕਿ ਤੁਹਾਡੀ ਪਰਫਾਰਮੈਂਸ ਮਾੜੀ ਹੈ ਅਗਲੀ ਵਾਰੀ ਸੀ ਤੁਹਾਡੇ ਨਾਲ ਗੱਲ ਕਰਾਂਗੇ ਜੇ ਤੁਹਾਡੀ ਪਰਫਾਰਮੈਂਸ ਚੰਗੀ ਨਾ ਹੋਈ ਜੀ ਤਾਂ ਭਾਈ ਥੋੜਾ ਪੱਤਾ ਕੱਟਿਆ ਜਾ ਸਕਦਾ ਆਪਣੇ ਜਿਹੜਾ ਹੈਗਾ ਆਪਣੇ ਸੁਧਾਰੋ ਹੂੰ ਹੂੰ ਉਹਦਾ ਜਿਹੜੀ ਪੰਜਾਬ ਦੇ ਵਿੱਚ ਫੁੱਟ ਪਈ ਹੈ ਦਾ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਨਵਜੋਤ ਸਿੱਧੂ ਦਾ ਨਾਂ ਆਇਆ ਜਿਨ੍ਹਾਂ ਨੂੰ ਇਹ ਸਾਰੀਆਂ ਟਿਕਟਾਂ ਕੱਟੀਆਂ ਜਾਂਦੀਆਂ ਗੀਆਂ ਉਹ ਸਾਰੇ ਦੇ ਸਾਰੇ ਭੱਜ ਗਏ ਜੀ ਤੁਸੀਂ ਇਹ ਦੇਖ ਲਓ ਆਪਾਂ ਕੱਲ ਗੱਲ ਕੀਤੀ ਸੀ ਦੋ ਬੰਦਿਆਂ ਦੀ ਗੱਲ ਕੀਤੀ ਸੀ ਉਹ ਦੋਨੋਂ ਬੰਦਿਆਂ ਦਾ ਦੇਖ ਲਓ ਕਿੰਨੀਆਂ ਕਿੱਡੀਆਂ ਲੁੱਲਾ ਲਮਕਤੀਆਂ ਉਹਨਾਂ ਦੀ ਜੀ ਜੀ ਠੀਕ ਹੈ ਅੱਜ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਵੀ ਵੱਡਾ ਅਟੈਕ ਆ ਗਿਆ ਹੂੰ ਹੂੰ ਆਪਣਾ ਕੀ ਇਹ ਦਾ ਨਾਂ ਨਵਜੀਤ ਆਪਣਾ ਉਹ ਜਿਹੜਾ ਚੀਮਾ ਸਾਹਿਬ ਹੈ ਜੀ ਦਲਜੀਤ ਸਿੰਘ ਚੀਮਾ ਤੇ ਇਧਰਲੇ ਪਾਸੇ ਆਮ ਆਦਮੀ ਪਾਰਟੀ ਵਾਲੇ ਵੀ ਚੀਮਾ ਸਾਹਿਬ ਹੀ ਹਮ ਹਰਪਾਲ ਸਿੰਘ ਦੋਨਾਂ ਨੇ ਅਟੈਕ ਕੀਤਾ ਹੈ ਜੀ ਕਹਿੰਦੇ ਵੀ ਜਿਹੜਾ ਕੰਮ ਪਹਿਲਾਂ ਬਾਦਲ ਕੇ ਕਰਦੇ ਸੀ ਉਹੀ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਲੱਗਣ ਲੱਗੇ ਕਿ ਜੀ ਤਾਂ ਮਾਫੀਆ ਦੇ ਜਿਹੜੇ ਸਰਗਣੇ ਆ ਉਹਨਾਂ ਨੂੰ ਪ੍ਰੋਟੈਕਟ ਕਰਦੇ ਐ ਐਮਐਲਏ ਦੇ ਨੂੰ ਹਮ ਤੇ ਸਿੱਧੂ ਸਾਹਿਬ ਵੀ ਕਹਿੰਦੇ ਉਹ ਸਿਰਾਂ ਹੀ ਪੈ ਗਈ ਜੀ ਸਿੱਧੂ ਸਾਹਿਬ ਜਿੰਨਾ ਬੰਦਿਆਂ ਦਾ ਪਹਿਲਾਂ ਨਾਲੇ ਦੇ ਦਿਸੀ ਵੀ दारू ਵਿਕਦੀ ਐ ਚਿੱਟਾ ਵਿਕਦਾ ਐ ਕਿਹਨੂੰ दारू ਵਾਲਿਆਂ ਦੇ ਘਰੇ ਅੰਕਰ ਹਟ ਕੇ ਤੁਰੇ ਫਿਰਦੇ ਹਮ ਇਸ ਕਰਕੇ ਇਹੇ ਜੇ ਹਾਲਾਤਾਂ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਤਾਂ ਭਾਈ ਟਿਕ ਟਕਟੀ ਜਾਣੀ ਉਹ ਉਹ ਮਤਲਬ ਗੱਲ ਬਣਾਉਣ ਦੀ ਥਾਂ ਤੇ بگੜ ਵਾਲੀ ਗਈ ਸੀ ਹੂੰ ਹੂੰ ਉਹ ਚਲਾ ਚਲੀ ਚਲਾ ਚਲੂਗੀ ਹੋ ਗਈ ਸੀ ਇਸ ਕਰਕੇ ਵੀ ਪ੍ਰਸ਼ਾਂਤ ਕਸ਼ੋਰ ਦੀ ਗੱਡੀ ਚੱਲਦੀ ਹੈ ਲੇਕਿਨ ਜਿਹੜੀ ਉਹ ਪਟੀਸ਼ਨ ਹੋ ਗਈ ਪਟੀਸ਼ਨ ਪੰਜਾਬ ਰੈਨ ਹਾਈ ਕੋਰਟ ਚੋਂ ਤਾਂ ਭਾਵੇਂ ਹੋ ਗਈ ਰੱਦ ਜੀ ਬੰਦੇ ਨੇ ਕਰਤੀ ਅਪੀਲ ਸੁਪਰੀਮ ਕੋਰਟ ਚ ਹੂੰ ਹੂੰ ਸੁਪਰੀਮ ਕੋਰਟ ਦੇ ਵਿੱਚ ਉੱਤੇ ਸੁਣਵਾਈ ਹੋਣ ਵਾਲੀ ਹੈ ਜੀ ਤੇ ਉਹ ਸੁਣਵਾਈ ਜਿਹੜੀ ਹੋਣ ਵਾਲੀ ਹੈ ਉਸ ਸੁਣਵਾਈ ਦੇ ਵਿੱਚ ਉਹਦੀ ਜਿਹੜੀ ਦਲੀਲ ਹੈ ਬਹੁਤ ਸ਼ਾਨਦਾਰ ਹੈ ਜੀ ਉਹਨੇ ਕਿਹਾ ਕਿ ਜਦੋਂ ਕਿਸੇ ਮਹਿਕਮੇ ਵਾਸਤੇ ਕੋਈ ਅਸਾਮੀ ਕ੍ਰੀਏਟ ਕੀਤੀ ਜਾਂਦੀ ਹੈ ਖਾਸ ਕਰਕੇ ਜਿਹਨੇ ਤੁਸੀਂ ਕੰਸਟੀਚਿਊਸ਼ਨਲ ਪੋਸਟਾਂ ਤੇ ਬੰਦੇ ਲਾਉਣੇ ਉਹਦੇ ਲਈ ਦਰਖਾਸਤਾਂ ਮੰਗੀਆਂ ਜਾਂਦੀਆਂ ਜੀ ਤੁਸੀਂ ਦੇਖੋ ਵੀ ਪੀਪੀਐਸਸੀ ਹੂੰ ਹੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਾਸਤੇ ਚੇਅਰਮੈਨ ਤੇ ਮੈਂਬਰ ਨਿਯੁਕਤ ਕਰਨੇ ਆ ਦਰਖਾਸਤਾਂ ਮੰਗਦੀ ਜੀ 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 ਇਦਾਂ ਹੀ ਤੁਸੀਂ ਦੇਖੀਏ ਜੇ ਆਪਾਂ ਸੂਚਨਾ ਕਮਿਸ਼ਨਰ ਲਾਉਣੇ ਮੁੱਖ ਸੂਚਨਾ ਕਮਿਸ਼ਨਰ ਲਾਉਣੇ ਉਹਦੀਆਂ ਵੀ ਐਪਲੀਕੇਸ਼ਨਾਂ ਲੱਗੀਆਂ ਲੱਗ ਜਾਂਦੀਆਂ ਭਾਵੇਂ ਆਪਦੇ ਲਿਹਾਜ਼ ਵਾਲੇ ਬੰਦੇ ਨੂੰ ਬਣਾ ਦੇਣ ਰੇਤ ਕਰ ਲੈਣ ਪਰ ਐਪਲੀਕੇਸ਼ਨਾਂ ਲੈਂਦੇ ਇਹ ਇਸ ਮਾਮਲੇ ਚ ਕਹਿੰਦੇ ਜੀ ਐਪਲੀਕੇਸ਼ਨਾਂ ਦਾ ਮਗੇ ਨਹੀਂ ਜੀ ਜੀ ਇਹ ਬੰਦੇ ਨੂੰ ਰੱਖ ਕੇ ਮਿਲਿਆ ਇਹਨੂੰ ਤੁਸੀਂ ਉਹ ਵੀ ਦੇ ਦਿੱਤੀ ਇਹ ਗੱਡੀ ਵੀ ਦੇ ਦਿੱਤੀ ਇਹਨੂੰ ਕੋਠੀ ਵੀ ਦੇ ਦਿੱਤੀ ਇਹਨੂੰ ਸਟਾਫ ਵੀ ਦਿੱਤਾ ਰੁਪਈਆ ਪਰ ਮਹੋ ਤਨਖਾ ਇੱਕ ਲੈਂਦਾ ਲੇਕਿਨ ਖਜ਼ਾਨੇ ਤੇ ਸਭ ਬੋਝ ਹੈ ਬੋਝ ਹੈਗਾ ਹੈਗਾ ਬਿਲਕੁਲ ਹੈਗਾ ਇਹ ਇਹਦੇ ਨਾਲ ਦਾਨੀ ਵਾਲਿਆ ਸਾਹਿਬ ਇੱਕ ਤੁਹਾਡੀ ਹੋਰ ਵੀ ਯਾਦ ਹੋਣੀ ਹਮਮ ਸੁਰੇਸ਼ ਕੁਮਾਰ ਦੇ ਖਿਲਾਫ ਵੀ ਪਟੀਸ਼ਨ ਹੋਈ ਸੀ ਜੀ ਓਬੀ ਕਪਤਾਨ ਸਾਹਿਬ ਦਾ ਚੀਫ ਪ੍ਰਿੰਸੀਪਲ ਸੈਕਟਰੀ ਹੈ ਇੱਕ ਵਾਰੀ ਸੁਰੇਸ਼ ਕੁਮਾਰ ਦੀ ਜਿਹੜੀ ਹੈਗੀ ਨਿਯੁਕਤੀ ਰੱਦ ਹੋ ਗਈ ਸੀ ਜੀ ਔਰ ਉਦੋਂ ਸੁਰੇਸ਼ ਕੁਮਾਰ ਨੇ ਬਹੁਤ ਰੋਲਾ ਪਾਇਆ ਸੀ ਹੂੰ ਹੂੰ ਗੁੱਸੇ ਹੋ ਕੇ ਘਰੇ ਵੀ ਚਿਲਾ ਗਿਆ ਸੀ ਕਪਤਾਨ ਸਾਹਿਬ ਫਿਰ ਉਹਨੂੰ ਬਰਿਆ ਕੇ ਲੈ ਕੇ ਆਏ ਸੀ ਜੀ ਉਦੋਂ ਇਹ ਗੱਲ ਚੱਲੀ ਸੀ ਕਿ ਜੀ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ ਉਹਨੇ ਪੈਰ ਵੀ ਠੀਕ ਨਹੀਂ ਕੀਤੀ ਜੀ ਫਿਰ ਇਸ ਗੱਲ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਉਹਦਾ ਗੁੱਸਾ ਲਾਂਭੇ ਕਰਨ ਵਾਸਤੇ ਪੀਚ ਤੰਬਰ ਹੂੰ ਹੂੰ ਉੱਚੇ ਚੇ ਤੌਰ ਤੇ ਦਿੱਲੀ ਤੋਂ ਬੁਲਾਇਆ ਗਿਆ ਸੀ ਤੇ ਪੀਚ ਤੰਬਰ ਨੇ ਉਹਦੀ ਪੈਰਵੀ ਕੀਤੀ ਸੀ ਜੀ ਇਹ 2 ਦਿਨ ਪਹਿਲਾਂ ਹਮਮ ਪਰਸੋਂ ਦੀ ਗੱਲ ਹੈ ਪਰਸੋਂ ਉਹਦਾ ਕੇਸ ਵੀ ਲੱਗਾ ਸੀ ਜੀ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਨਿਆਦਾ ਜਿਹੜਾ ਵੱਡਾ ਬੈਂਚ ਹੈ ਹਮਮ ਵੱਡੇ ਬੈਂਚ ਨੇ ਉਹਦਾ ਫੈਸਲਾ ਵੀ ਰਿਜ਼ਰਵ ਰੱਖਿਆ ਹੋਇਆ ਜੀ ਜੀ ਉਹ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਫੈਸਲਾ ਕਿ ਹੋ ਜਾਊਗਾ ਉਹਦੇ ਤੇ ਨਿਰਭਰ ਹੈ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਇਸ ਗੱਲ ਦਾ ਪਤਾ ਵੀ ਆਪਾਂ ਨੂੰ ਕੀ ਲੋੜ ਹੈ ਇੱਥੇ ਆਪਾਂ ਮਤਲਬ ਮੁਲਾਜ਼ਮ ਸੀ ਤੇ ਜੇ ਸੈਕਟਰੀ ਜਨਰਲ ਬਣ ਜਾਗੇ ਆਪਾਂ ਜਾਂ ਜਨਰਲ ਸੈਕਟਰੀ ਇਨਚਾਰਜ ਬਣ ਜਾਗੇ ਤੇ ਫਿਰ ਆਪਾਂ ਬਹੁਤ ਸੁਵਾਂਗੇ ਹਮਮ ਸੋ ਇਹ ਜਿਹੜਾ ਕਿੱਸਾ ਖੁੱਤਾ ਹੈ ਇਹ ਹੈ ਪ੍ਰਸ਼ਾਂਤ ਕਿਸ਼ੋਰ ਦਾ ਅੱਗੇ ਪਿੱਛੇ ਹੁੰਦਾ ਊਂਜ ਜੇ ਆਪਾਂ ਦੇਖੀਏ ਤਾਂ ਕਹਿੰਦੇ ਟੀਮ ਉਹਦੀ ਇੱਥੇ ਰਹੂਗੀ ਟੀਮ ਟੀਮ ਰਹੂਗੀ ਟੀਮ ਕਬ ਕਰੀਏ ਜਲੋਕ ਵੀ ਕਹਿੰਦੇ ਦੁਕਾਨਦਾਰੀ ਚੱਲਦੀ ਰਹੂਗੀ ਦੁਕਾਨਦਾਰੀ ਚੱਲਦੀ ਰਹਿੰਦੀ ਹੈ ਕਈ ਵਾਰੀ ਮਤਲਬ ਆ ਵੀ ਆਫ ਦੀ ਰਿਕਾਰਡ ਹੋ ਜਾਂਦਾ ਬੰਦਾ ਪਾਸੇ ਹਾਂ ਜੀ ਟਿਲਰ ਸਾਹਿਬ ਪੰਜਾਬ ਦੇ ਵਿੱਚ ਐਤ ਕੀ 올림픽ਸ ਦੇ ਵਿੱਚ ਪੰਜਾਬ ਦੀ ਬੜੀ ਚੰਡੀ ਰਹੀ ਹੈ ਦੇਸ਼ ਨੂੰ ਜਿਤਾਇਆ ਪੰਜਾਬ ਦੀ ਬਰਗੇਡ ਜਿਹੜੀ ਆ ਭਾਵੇਂ ਹਾਕੀ ਆ ਕੁੜੀਆਂ ਦੀ ਮੁੰਡਿਆਂ ਦੀ ਭਾਵੇਂ ਸਾਡੀ ਡਿਸਕਸ ਥਰੂ ਕੁੜੀ ਛੋਟੇ ਜਿਹੇ ਪਿੰਡ ਦੀ ਹੂੰ ਹੂੰ ਦੇਸ਼ ਨੇ ਭੰਗੜਾ ਵੀ ਪਾਇਆ ਜੀ ਬਿਲਕੁਲ ਹੂੰ ਦੇਖੋ ਦਾਨੀਲ ਗਿਆ ਸਭ ਜਦੋਂ ਸੀ ਸਾਡੇ ਖਿਡਾਰੀਆਂ ਦੀ ਗੱਲ ਕਰਦੇ ਜੀ ਪਹਿਲੀ ਗੱਲ ਤਾਂ ਆਪਾਂ ਆਫਸਰ ਵੀ ਗੱਲਾਂ ਕਰਦੇ ਸੀ ਹੂੰ ਹੂੰ ਇੱਥੇ ਬਠਿੰਡੇ ਰਜਿੰਦਰਾ ਕਾਲਜ ਦੇ ਵਿੱਚ ਕੁੜੀਆਂ ਖੇਡਣ ਜਾਂਦੀਆਂ ਸੀ ਜੀ ਬਿਲਕੁਲ ਜਿਹੜੀਆਂ ਹੈਗਾਂ ਵਿਚਾਰੀਆਂ ਨੇ ਜਿਵੇਂ ਵੀ ਰੋਟੀ ਨਹੀਂ ਖਾਦੀ ਹੁੰਦੀ ਬਹੁਤ ਕਮਜ਼ੋਰ ਕੁੜੀਆਂ ਲੇਕਿਨ ਉਹਨਾਂ ਚ ਜਜ਼ਬਾ ਹੈ ਉਹ ਖੇਡਣ ਜਾਂਦੀਆਂ ਕੁਝ ਪੈਦਲ ਜਾਂਦੀਆਂ ਕੁਝ ਸਾਈਕਲ 'ਤੇ ਜਾਂਦੀਆਂ ਸਾਡੇ ਲੋਕਾਂ ਦਾ ਉਹਨਾਂ ਪ੍ਰਤੀ ਨਜ਼ਰੀਆ ਕੀ ਹੈ ਜੀ ਪਹਿਲੀ ਗੱਲ ਤਾਂ ਕਿ ਕੁਝ ਕੁੜੀਆਂ ਤਾਂ ਇਹੋ ਜਿਹੀਆਂ ਜਿਨ੍ਹਾਂ ਕੁੜੀਆਂ ਦੇ ਕੋਲੇ ਖੇਡਣ ਵਾਸਤੇ ਇਨਫਰਾਸਟ੍ਰਕਚਰ ਤਾਂ ਕਿ ਉਹਨਾਂ ਦੀ ਸੰਧ ਵੀ ਹੈ ਨਹੀਂ ਸੰਧ ਵੀ ਹੈ ਨਹੀਂ ਬਿਲਕੁਲ ਹਾਂ ਆਪਾਂ ਆਪ ਹੀ ਕੁਝ ਕੁੜੀਆਂ ਨੂੰ ਹਾਕੀਆਂ ਦਵਾਈਆਂ ਬਿਲਕੁਲ ਦੇ ਕੇ ਆਈ ਸੀ ਉਦੋਂ ਮਾੜੀ ਗੱਲ ਵੀ ਇੱਕ ਕੁੜੀ ਖੇਡ ਕੇ ਆਉਂਦੀ ਹੈ ਪ੍ਰੈਕਟਿਸ ਕਰਕੇ ਆਉਂਦੀ ਹੈ ਹਾਕੀ ਉਹਦੇ ਹੱਥ ਚੋਂ ਕੋਈ ਹਾਕੀ ਖੋ ਗਿਆ ਹਾਕੀ ਖੋ ਕੇ ਲਿਆ ਮੈਨੂੰ ਦੱਸ ਜਿਸ ਦੇਸ਼ ਦੀ ਹਾਲਤ ਇਹ ਹੋਵੇ ਕਿ ਖਿਡਾਰੀਆਂ ਦੇ ਹੱਥਾਂ ਦੇ ਵਿੱਚ ਤੁਸੀਂ ਹਾਕੀਆਂ ਵੀ ਖੋ ਕੇ ਲਿਆਜੋ ਮੈਂ ਕਨ ਨਾ ਵੀ ਉਸ ਤੇਜ ਤੇ ਖਿਡਾਰੀਆਂ ਨੂੰ ਉਸ ਸੂਬੇ ਦੇ ਖਿਡਾਰੀਆਂ ਨੂੰ ਸलाम ਕਰਨਾ ਬੰਦਾ ਉਹਨਾਂ ਦੇ ਜਜ਼ਬੇ ਨੂੰ ਸलाम ਕਰਨਾ ਬੰਦਾ ਬਿਲਕੁਲ ਜੀ ਇਹ ਤੋਹਫਾ ਦੇਖ ਕੇ ਕੁੜੀ ਵਿਚਾਰੀ ਨੇ 올림픽ਸ ਦੇ ਕੈਂਪਸ ਜਾਣਾ ਸੀਗਾ ਤੇ ਉਹਦੇ ਲਈ ਟਿਕਟ ਆਪਾਂ ਲੈ ਕੇ ਦਿੱਤੇ ਬਿਲਕੁਲ ਬਿਲਕੁਲ ਹੁਣ ਇਹ ਤੁਸੀਂ ਦੇਖੋ ਕਿ ਪਹਿਲੀ ਗੱਲ ਤਾਂ ਇਹ ਦੇਖੋ ਕਿ ਭਾਰਤ ਦੇ ਵਿੱਚ ਗੇਮਾਂ ਵਾਸਤੇ ਬਜਟ ਕਿੰਨਾ ਰੱਖਿਆ ਗਿਆ ਜੀ ਬਜਟ ਡੇ ਬਾਈ ਡੇ ਘਟਦਾ ਜਾ ਰਿਹਾ ਘਟਦਾ ਜਾ ਰਿਹਾ ਹੈ ਹੈਲਥ ਵਾਸਤੇ ਬਜਟ ਘਟਦਾ ਜਾ ਰਿਹਾ ਹੈ ਐਜੂਕੇਸ਼ਨ ਵਾਸਤੇ ਬਜਟ ਘਟਦਾ ਗਿਆ। ਕਹਿੰਦਾ ਮੂਲ ਰੂਪ ਦੇ ਵਿੱਚ ਇੱਕ ਜੇ ਆਪਾਂ ਸਿੱਧੇ ਵੈਲਫੇਅਰ ਸਟੇਟ ਦੇ ਕੰਮਾਂ ਦਾ ਸਾਰਾ ਹੀ ਬਜਟ ਘਟੀ ਜਾਂਦਾ। ਚਲੋ ਵੈਲਫੇਅਰ ਸਟੇਟ ਵਾਲੀ ਗੱਲ ਜਿੱਥੇ ਗੱਲ ਆ ਗਈ। ਦੂਜੀ ਗੱਲ ਹੈ ਕਿ ਸਾਡੇ ਸਾਰਾ ਖਸਤਾਬ ਜਿਹੜਾ ਹੈਗਾ ਐਨਾ ਰਲਗੜ ਕੀਤਾ ਪਿਆ ਉਹਨੂੰ ਛੱਡ ਦਿਓ। ਪਰ ਜੇ ਆਪਾਂ ਦੇਖੀਏ ਕਿ ਪੰਜਾਬ ਨੂੰ ਪੰਜਾਬ ਦੇ ਇੱਕ ਵਿਸ਼ੇਸ਼ ਕਿਸਮ ਦੇ ਸੁਭਾ ਕਰਨ ਪੰਜਾਬ ਉਹ ਖਿੱਤਾ ਹੈ ਜਿਹੜਾ ਖਿੱਤਾ ਬਾਰਡਰ ਤੇ ਲੱਗਦਾ ਹੈ। ਜੀ ਦੇਸ਼ ਦਾ ਉਹ ਖਿੱਤਾ ਤੇ ਇਸ ਖਿੱਤੇ ਦੇ ਰਾਹੀਂ ਹੀ ਸਾਰੇ ਹਮਲਾਵਰ ਭਾਰਤ ਦੇ ਵਿੱਚ ਆਏ ਹੈ। ਜੀ ਅੱਜ ਵੀ ਜੇ ਆਪਾਂ ਤਿੰਨ ਕਾਲੇ ਕਾਨੂੰਨ ਬਣੇ ਦਨ ਕਾਲੇ ਕਾਨੂੰਨ ਬਣਾਉਣ ਦਾ ਵੱਡਾ ਕਾਰਨ ਪਤਾ ਕੀ ਹੈ ਸਲੂਜੀ ਜੀ ਵੱਡਾ ਕਾਰਨ ਇਹ ਹੈ ਕਿ ਜਿਹੜਾ ਖਾੜੀ ਦੇ ਦੇਸ਼ਾਂ ਨਾਲ ਹੂੰ ਹੂੰ ਤੇ ਬਾਕੀ ਦੁਨੀਆ ਦੇ ਨਾਲ ਜਿਹੜਾ ਸੜਕੀ ਰਸਤਾ ਹੈ ਜੀ ਜੀ ਉਹ ਪੰਜਾਬ ਦੇ ਰਾਹੀਂ ਜਾਂਦਾ ਹੈ ਹੂੰ 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 ਜੇ ਤੁਸੀਂ ਕਰਾਚੀ ਦੀ ਬੰਦਰਗਾਹ ਤੇ ਜਾਣਾ ਅੱਗੇ ਵੀ ਜਾਣਾ ਤੇ ਸਾਰੇ ਦਾ ਸਾਰਾ ਰਸਤਾ ਇੱਥੇ ਇੱਥੇ ਹੀ ਜਾਂਦਾ ਬਿਲਕੁਲ ਜਿਹੜੀ ਇਹ ਜਿਹੜੇ ਹੈਗੇ ਵਿਦਵਾਨ ਲੋਕ ਇਹ ਗੱਲ ਕਹਿੰਦੇ ਕਿ ਅਗਲੀ ਜਿਹੜੀ ਲੜਾਈ ਜਿਹੜੀ ਅੱਗੇ ਤੇਲ ਦੀ ਲੜਾਈ ਹੁੰਦੀ ਸੀ ਉਹ ਤੇਲ ਦੀ ਲੜਾਈ ਖਤਮ ਹੁਣ ਤੇਲ ਦੀ ਲੜਾਈ ਕਿਉਂ ਖਤਮ ਹੋ ਰਹੀ ਹੈ ਕਿਉਂਕਿ ਦੁਨੀਆ ਦੇ ਵਿੱਚ ਗਲੋਬਲ ਵਾਰਮਿੰਗ ਵਧਣ ਕਾਰਨ ਪਰ ਦੂਸ਼ਣ ਦੇ ਬਜਾਏ ਬਦਨਕਾਰਨ ਇਲੈਕਟ੍ਰੋਨਿਕ ਦਾ ਜਿਹੜਾ ਜੁਗਾਰ ਹੈ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਕਿੱਦਾਂ ਆਉਣੀ ਹੈ ਇਸ ਕਰਕੇ ਜਿਹੜੀ ਤੇਲ ਦੀ ਗੱਲ ਇਹ ਜਿਹੜਾ ਤੇਲ ਕਿਸੇ ਜ਼ਮਾਨੇ ਚ ਖਾੜੀ ਦੇ ਦੇਸ਼ ਅੱਜ ਵੀ ਹੈਗੇ ਅੱਜ ਵੀ ਹੈਗੇ ਹਾਂਜੀ ਅੱਜ ਵੀ ਉਹਨਾਂ ਦਾ ਬੋਲ ਬਾਲਾ ਉਹਨਾਂ ਦੀ ਪੂਰੀ ਕਮਾਈ ਹੈ ਜਿਹੜੇ ਖਾੜੀ ਦੇ ਸ਼ੇਖ ਠਾਠਾ ਕਰਦੇ ਉਹ ਤੇਲ ਤੇ ਕਰਦੇ ਤੇਲ ਦੀ ਰਾਇਲਟੀ ਆਉਂਦੀ ਉਹਨਾਂ ਨੂੰ ਤੇਲ ਦਾ ਪੈਸਾ ਆਉਂਦਾ ਹੁਣ ਅਗਲਾ ਜਿਹੜਾ ਹੈਗਾ ਕੰਮ ਉਹ ਆ ਜਣਾ ਅਨਾਜ ਤੇ ਜੀ ਅਨਾਜ ਤੋਂ ਜਿਹੜੇ ਪ੍ਰੋਡਕਟ ਬਣਨੇ ਉਹਨਾਂ ਪ੍ਰੋਡਕਟਸ ਤੇ ਔਰ ਉਹਦੇ ਵਾਸਤੇ ਵੀ ਜਿਹੜਾ ਹੈਗਾ ਪੰਜਾਬ ਨੂੰ ਰਸਤਾ ਬਣਾਉਣ ਵਾਸਤੇ ਤੇ ਪੰਜਾਬ ਦੇ ਵਿੱਚ ਇੱਕ ਕਾਲੇ ਕਾਨੂੰਨ ਬਣਾ ਕੇ ਕਿ ਇੱਥੇ ਉਹਨਾਂ ਦੇ ਗੋਦਾਮ ਹੋਣ ਹੂੰ ਹੂੰ ਇੱਥੇ ਉਹ ਆਪਣੀ ਪ੍ਰੋਡਿਊਸ ਜਿਹੜੀ ਹੈਗੀ ਹੈ ਕੰਟਰੈਕਟ ਬੇਸ ਤੇ ਕਰਵਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜائਦਾਦਾਂ ਵੀ ਵਗੈਰਾ ਵੀ ਦਿੱਤੀਆਂ ਜਾਂਦੇ ਇਹ ਸਾਰੇ ਦਾ ਸਾਰਾ ਕੁਝ ਕੀਤਾ ਜਾ ਰਿਹਾ ਜੀ ਔਰ ਜੇ ਆਪਾਂ ਉਂਝ ਦੇਖੀਏ ਕਿ ਪੰਜਾਬ ਦੇ ਪ੍ਰਤੀ ਕੋਈ ਵੀ ਗੱਲ ਹੈ ਕਿ ਹਮੇਸ਼ਾ ਸੈਂਟਰ ਦੇ ਵਿੱਚ ਸਰਕਾਰ ਚਾਹੇ ਕਾਂਗਰਸ ਪਾਰਟੀ ਦੀ ਹੋਵੇ ਹੂੰ ਹੂੰ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਪੰਜਾਬ ਦੇ ਨਾਲ ਬਿਸਕਰਾ ਹੁੰਦੇ ਜੀ ਜੀ GST ਦਾ ਮਾਮਲਾ ਦੇਖੋ ਤੁਸੀਂ ਹੂੰ ਹੂੰ GST ਦੇ ਮਾਮਲੇ ਦੇ ਵਿੱਚ ਜਿਹੜਾ ਸਾਨੂੰ ਕੰਪਨਸੇਸ਼ਨ ਮਿਲਣਾ ਸੀ ਉਹ ਕੰਪਨਸੇਸ਼ਨ ਮਹੀਨਿਆਂ ਬੱਧੀ ਨਹੀਂ ਮਿਲਦਾ ਜੀ ਰੂਰਲ ਡਵੈਲਪਮੈਂਟ ਫੰਡ ਹੈ ਜਿਹੜਾ ਸਾਡਾ ਉਹਦੇ ਤੇ ਕਟਾਂ ਲਾ ਦਿੱਤੀਆਂ ਹਰ 6 ਮਹੀਨਿਆਂ ਬਾਅਦ ਜਦੋਂ ਅਸੀਂ ਜਿਹੜਾ ਸਾਡਾ ਅਨਾਜ ਪੈਦਾ ਹੁੰਦਾ ਹੈ ਮੰਡੀਆਂ 'ਚ ਚੱਕੜਾ ਹੁੰਦਾ ਹੈ ਖਰੀਦਣਾ ਹੁੰਦਾ ਹੈ ਜੀ ਲੇਲੜੀਆਂ ਕਰਾਉਂਦੇ ਆ ਸੂਬਾ ਸਰਕਾਰ ਦੀਆਂ ਕੇਂਦਰ ਬਿਲਕੁਲ ਮੈਂ ਬੁਰਾ ਹਾਲ ਕਰ ਦਿੰਦੇ ਠੀਕ ਹੈ ਚੀਕਾ ਮਰਵਾ ਦਿੰਦੇ ਆ ਕਦੇ ਤੱਕ ਖੁਰਾਕ ਸਪਲਾਈ ਮੰਤਰੀ ਜਾਂਦੇ ਆ ਜਾਂਦਾ ਕਦੇ ਖਜ਼ਾਨਾ ਮੰਤਰੀ ਜਾਂਦਾ ਕਦੇ ਮੁੱਖ ਮੰਤਰੀ ਚਿੱਠੀਆਂ ਲਿਖਦਾ ਹੂੰ ਹੂੰ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱੜਦੀ ਦਿੱਲੀ ਪੰਜਾਬ ਵਾਲਿਆਂ ਨੂੰ ਤੇ ਜੇ ਪੰਜਾਬ ਵਾਲੇ ਕਿਉਂਕਿ ਹਰ ਜਿਹੜੀ ਮੁਹਿੰਮਾ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਹਮਲਾਵਰ ਜਦੋਂ ਆਉਂਦੇ ਸੀ ਮੁਕਾਬਲਾ ਪੰਜਾਬੀ ਕਰਦੇ ਸੀ ਪੰਜਾਬੀ ਬਿਲਕੁਲ ਪੰਜਾਬੀ ਜੇ ਜਦੋਂ ਜਦੋਂ ਉਹਨਾਂ ਨੂੰ ਥੱਕਾ ਹੁੰਦਾ ਕੁਛ ਕੀਤਾ ਤੇ ਪੰਜਾਬੀ ਫਿਰ ਅਗੜਾਈ ਲੈਂਦੀ ਹੈ ਹਮ ਅਗੜਾਈ ਉਹਨਾਂ ਦੀ ਫਿਰ ਕਈਆਂ ਨੂੰ ਬਖਤ ਪਾ ਦਿੰਦੀ ਹੈ ਜੀ ਥੋੜਾ ਅਗੜਾਈ ਤੁਸੀਂ ਦੇਖੋ ਲਈ ਕਿਸਾਨੀ ਅੰਦੋਲਨ ਨੇ ਕਿਸਾਨੀ ਅੰਦੋਲਨ ਕਿੱਥੇ ਦੀ ਕਿੱਥੇ ਪਹੁੰਚ ਗਿਆ ਇਹਦੀ ਗਵਾਹੀ ਕੌਣ ਕਰਦਾ ਹੈ ਇਹਦੀ ਗਵਾਹੀ ਪੰਜਾਬੀ ਕਰਦੇ ਪੰਜਾਬੀਆਂ ਨੇ ਆਪ ਦਾ ਸਾਰਾ ਕੁਝ ਛੱਡਤਾ ਸੋਚਿਆ ਹੀ ਨਹੀਂ ਸੀ ਕਦੀ ਜੀ ਜੀ ਇਹ ਸਾਨੂੰ ਮਹੀਨਿਆਂ ਬੱਧੀ ਤੇ ਸਾਲਾਂ ਬੱਧੀ ਬੈਠਣਾ ਪਊਗਾ ਬੈਠਣਾ ਪਊਗਾ ਹੁਣ ਬੈਠੇ ਹੂੰ ਹੂੰ ਇਸੇ ਤਰੀਕੇ ਦੇ ਅਸੀਂ ਗੇਮਾਂ ਦੇ ਮਾਮਲੇ 'ਚ ਦੇਖੀ ਤਾਂ ਗੇਮਾਂ ਦੇ ਮਾਮਲੇ ਦੇ ਵਿੱਚ ਹੀ ਪੰਜਾਬੀਆਂ ਦਾ ਚਾਜਬਾ ਹੂੰ ਹੂੰ ਮੈਂ ਪੜ ਰਿਆ ਸੀ ਕਿਤੇ ਕਿ ਜਿਹੜੀ ਫੁੱਟਬਾਲ ਹੈ ਉਹ ਗੇਮਾਂ ਬਗਾਲੀਆਂ ਦੀ ਹੂੰ ਹੂੰ ਹਾਕੀ ਜਿਹੜੀ ਹੈਗੀ ਇਹ ਗੇਮ ਹੈ ਪੰਜਾਬੀਆਂ ਦੀ ਲੇਕਿਨ ਸਾਡੀ ਬਦਕਿਸਮਤੀ ਇਹ ਕਿ ਹਾਕੀ ਦੇ ਉੱਤੇ ਆ ਕੇ ਪਟਰਾਣੀ ਬਹਾਤੀ ਕ੍ਰਿਕਟ ਕ੍ਰਿਕਟ ਬਣਾਤੀ ਠੀਕ ਹੈ ਆ ਜਵਾਕ ਸਾਡੇ ਜਿਹੜੇ ਹੈਗੇ ਤੁਸੀਂ ਦੇਖੋ ਥਾਪੇਗੜ ਰੈਂਦੀਆਂ ਗਲੀਆਂ ਚ ਕਿ ਮੈਂ ਕ੍ਰਿਕਟ ਖੇਡਦਾ ਫਿਰਦਾ ਨਹੀਂ ਭੁੱਲ ਗਏ ਸੀ ਲੋਕ ਕਿ ਹਾਕੀ ਵੀ ਹੈ ਕੋਈ ਹਾਂ ਹਾਂ 1980 ਦੇ ਵਿੱਚ ਅਸੀਂ ਪਹਿਲੀ ਵਾਰੀ 골ਡ ਮੈਡਲ ਲਿਆ ਸੀ ਆ ਆਖਰੀ ਵਾਰੀ 골ਡ ਮੈਡਲ ਲਿਆ ਸੀ ਹਾਂ ਹਾਂ ਤੇ ਇਹ 1980 ਦੀਆਂ 올림픽 ਦੀਆਂ ਗੇਮਾਂ ਸੀ ਜੀ ਜੀ ਜਦੋਂ ਇਹ ਗੇਮਾਂ ਹੋਈਆਂ ਦਾਨੇ ਵਾਲੀਆਂ ਸਭ ਮੈਂ ਉਹ ਮਾਸਕੋ ਸੀ ਜੀ ਮੈਂ ਕਿਸੇ ਹੋਟਲ ਪਰ ਜਿ ਵਾਸਤੇ ਗਿਆ ਸੀ ਮੈਂ ਇੱਥੇ ਮਾਸਕੋ ਸੀ ਉਸ ਵੇਲੇ ਮਤਲਬ ਜਿਹੜੀ ਹੈ ਸਾਡੇ ਜਦੋਂ ਸਿਰ ਤੇ ਪੱਗਾ ਮੰਨੀਆਂ ਹੁੰਦੀਆਂ ਹਨ ਅਸੀਂ ਬਾਜ਼ਾਰ ਚ ਜਾਂਦੇ ਸਬਾਨ ਸਮਾਨ ਲੈਣ ਵਾਸਤੇ ਲਾਈਨ ਉੱਥੇ ਲਾਈਨ ਲੱਗਣ ਦਾ ਕਲਚਰ ਹੈ ਜੀ ਜੀ ਲਾਈਨ ਚ ਲੱਗ ਜਾਂਦੇ ਤੇ ਬਜ਼ੁਰਗ ਆ ਕੇ ਬਾਹ ਫੜ ਕੇ ਨਾ ਤੇ ਆਪਣੀ ਬੋਲੀ ਦੇ ਵਿੱਚ ਦੂਜਿਆਂ ਨੂੰ ਤਾੜਦੇ ਵੀ ਆ ਪਿੰਦੇ ਪਛਾਹ ਖੜੇ ਯਾਰ ਤੈਨੂੰ ਅੱਗੇ ਕਿਉਂ ਨਹੀਂ ਹੁੰਦੇ ਉਹਨਾਂ ਨੂੰ ਸਾਨੂੰ ਮੂਹਰੇ ਲਾ ਦਿੰਦੇ ਵੀ ਆਪਣਾ ਸਮਾਨ ਖਰੀਦੋ ਸਮਾਨ ਖਰੀਦ ਲੈ ਦੇ ਕਈ ਵਾਰੀ ਪੁੱਛਦੇ ਵੀ ਤੁਸੀਂ ਕਿਉਂ ਕਹਿੰਦੇ ਤੁਸੀਂ ਹਿੰਦੁਸਤਾਨੀ ਹੋ ਮੈਂ ਇੱਕ ਬਾਬੇ ਨੂੰ ਪੁੱਛਿਆ ਵੀ ਤੈਨੂੰ ਕੀ ਪਤਾ ਲੱਗਿਆ ਮੈਂ ਹਿੰਦੁਸਤਾਨੀ ਹੂੰ ਹੂੰ ਕਹਿੰਦਾ ਤੇਰੇ ਆ ਪੱਗ ਮੇਰੀ ਪੱਗ ਨੂੰ ਮੈਂ ਕਿਤੇ ਨੂੰ ਪਗਦਾ ਕੀ ਵੀ ਇਹ ਹਿੰਦੁਸਤਾਨੀ ਹੈ ਉਹਨੇ ਫਿਰ ਕਿਹਾ ਕਿਦਾ ਉਹ ਤੁਹਾਡੇ ਸਰਦਾਰ ਦੇ ਕੋਲ ਹੱਥ ਚ ਫੜਿਆ ਸੀ ਝੰਡਾ ਜਦੋਂ ਕੀ ਹੁੰਦੀ ਹੈ ਜਿਹੜੀ ਓਪਰੇਟ ਕਰਦੇ ਐ ਖੇਡ ਦੇ ਮੈਦਾਨ ਦੇ ਵਿੱਚ ਇੰਡੀਆ ਦੀ ਟੀਮ ਨੂੰ ਲੀਡ ਕਰ ਰਿਆ ਸੀ ਤਿਰੰਗਾ ਝੰਡਾ ਹੱਥ ਚ ਫੜਿਆ ਹੋਇਆ ਸੀ ਸਰਦਾਰ ਜੀ ਸੀ ਮੇਰੇ ਖਿਆਲ ਸ਼ਾਇਦ ਪ੍ਰਤੀ ਪਤਾ ਨਹੀਂ ਕਿ ਕਿ ਜੋ ਵੀ ਸੀਗੇ ਤੇ ਉਹਨਾਂ ਦੇ ਹੱਥ ਚ ਫੜਿਆ ਵਸ ਸੀ ਮਤਲਬ ਸਾਡੀ ਸਥਿਤੀ ਇਹ ਕਿ ਅਸੀਂ ਕਿੱਥੋਂ ਤੱਕ ਪਹੁੰਚੇ ਹੋਏ ਉਹ ਸੀਗੇ ਤੇ ਪਰ ਅੱਜ ਅੱਜ ਜਿਹੜੀ ਹੈਗੀ ਹੈ 41 ਸਾਲਾਂ ਬਾਅਦ ਹੂੰ 41 ਸਾਲਾਂ ਬਾਅਦ ਅਸੀਂ ਕੋਈ ਮਾੜੀ-ਮੋਟੀ ਆਪਦੀ ਪ੍ਰਾਪਤੀ ਕੀਤੀ ਹੈ ਚਲੋ ਪਹਿਲੀ ਵਾਰੀ ਹੈ ਕਿ ਹਾਕੀ ਨੂੰ ਮਾਨਤਾ ਮਿਲੀ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਆਮ ਸੁਧਾਰਨ ਬੰਦੇ ਨੇ ਇਹਦੇ ਤੇ ਖੁਸ਼ੀ ਮਿਲਾਈ ਪ੍ਰਧਾਨ ਮੰਤਰੀ ਨੇ ਸਿੱਧੀ ਗੱਲ ਕੀਤੀ ਮੁੱਖ ਮੰਤਰੀਆਂ ਨੇ ਲਗਭਗ ਸਾਰਿਆਂ ਨੇ ਹੀ ਵਧਾਈਆਂ ਦਿੱਤੀਆਂ ਪੰਜਾਬ ਦੀ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜੇ 골ਡ ਮਿਲ ਗਿਆ ਜੀ ਤੇ 2.5 ਕਰੋੜ ਰੁਪਏ ਇਕੱਲੇ-ਇਕੱਲੇ ਬੰਦੇ ਨੂੰ ਦੇਵਗੇ 2.5 ਕਰੋੜ ਰੁਪਏ ਚਲੋ 골ਡ ਨਹੀਂ ਮਿਲਿਆ ਨਾਲ ਦੀ ਨਾਲ ਹੀ ਐਲਾਨ ਕਰਤਾ ਜੀ ਕਰੋੜ ਕਰੋੜ ਰੁਪਏ ਦੇਵਾਂਗੇ ਹਾਂ ਹਰਿਆਣੇ ਵਾਲਿਆਂ ਦੇ ਵੀ ਦੋ ਤਿੰਨ ਮੁੰਡੇ ਸੀਗੇ ਉਹਨਾਂ ਨੇ ਕਹਿੰਦਾ ਜੀ ਅਸੀਂ 2.5 2.5 ਕਰੋੜ ਦੇਵਾਂਗੇ ਜੀ ਨਾਲ ਕਲਾਸ 1 ਦੀ ਪੋਸਟ ਨਾ 2 2 ਕਲਾਸ 2 ਦੀ ਅਸੀਂ ਪੋਸਟਾਂ ਵੀ ਦੇਵਾਂਗੇ ਬੱਲੇ ਬੱਲੇ ਹੋਈ ਸਾਰਿਆਂ ਨੇ ਸਾਰਾ ਕੁਝ ਕੀਤਾ ਕਰਾਇਆ ਔਰ ਜਿੰਨਾ ਘਰਾਂ ਦੇ ਵਿੱਚ ਉਹਨਾਂ ਮੁੰਡਿਆਂ ਨੇ ਜਨਮ ਲਿਆ ਉਹਨਾਂ ਦੀ ਹਾਲਤ ਤੁਸੀਂ ਦੇਖੋ ਕੀ ਹੈ ਮੈਂ ਵੇਖਿਆ ਕਿਸੇ ਦੇ ਬਲਬ ਨਹੀਂ ਕਿਸੇ ਦੇ ਹਾਂ ਸਧਾਰਨ ਘਰਾਂ ਦੀ ਬੱਚੀ ਔਰ ਵੱਡੀ ਗੱਲ ਇਹ ਕਿ ਜਿੱਥੇ ਗੇਮਾਂ ਦਾ ਕਲਚਰ ਹੋਵੇ ਹੂੰ ਹੁਣ ਜਿਹੜਾ ਸਾਡਾ ਮਨਪ੍ਰੀਤ ਸਿੰਘ ਕਪਤਾਨ ਹੈ ਉਹ ਕਿਹੜੇ ਪਿੰਡ ਦਾ ਜੀ ਮਿੱਠਾਪੁਰ ਦਾ ਉਸ ਮਿੱਠਾਪੁਰ ਦਾ ਜਿੱਥੋਂ ਦਾ ਫਰਗਟ ਸਿੰਘ ਹੈ ਫਰਗਟ ਸਿੰਘ ਹੈ আর ਇਕਨੀ ਤਿੰਨ ਮੁੰਡੇ ਉਥੋਂ ਦੇ হুম হুম ਤਿੰਨ ਮੁੰਡੇ ਤੇ ਜੇ ਆਪਾਂ ਦੇਖੀਏ 10 ਬੰਦੇ ਜਿਹੜੇ ਹੈਗੇ ਭਾਰਤ ਦੇ ਹਾਕੀ ਦੀ ਟੀਮ ਦੇ ਵਿੱਚ ਬਸ ਬੰਦੇ ਸਾਡੇ হুম আর ਪੰਜਾਬੀਆਂ ਦੇ ਹੱਥ ਜਿਹੜੋ ਆਈ ਤੇ ਤੁਸੀਂ ਉਹ ਦੇਖੋ ਫਿਰ ਪੰਜਾਬੀਆਂ ਨੇ ਆਪਣੇ ਰਗ ਦਿਖਾਏ হুম ਰੰਗ ਦਿਖਾ ਕੇ ਹਾਕੀ ਨੂੰ ਉਹ ਕਿੱਥੋਂ ਤੱਕ ਲੈ ਗਏ ਬੱਲੇ ਬੱਲੇ ਹੋ ਗਈ ਇਸੇ ਤਰੀਕੇ ਜੇ ਆਪਾਂ ਦੇਖੀ ਤਾਂ ਕੁੜੀਆਂ ਦੀ ਜਿਹੜੀ ਪਰਫਾਰਮੈਂਸ ਉਹ ਵੀ ਬਾਤਵੁੱਤ ਹੋ ਗਈ ਸੀ ਕੁੜਗਾਂ ਦੇ ਵਿੱਚ ਵੀ ਗੁਰਜੀਤ ਜਾਵਲੀ ਕੁੜੀ ਸੀ ਪਰ ਇਹ ਸਾਰੇ ਬੰਦੇ ਦੀ ਤੁਸੀਂ ਸਥਿਤੀ ਦੇਖੋ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਮੁੰਡਿਆ ਨਾਲ ਗੱਲ ਕੀਤੀ ਜੀ ਮਨਪ੍ਰੀਤ ਨਾਲ ਗੱਲ ਕੀਤੀ ਕਿ ਇਹ ਮਨਪ੍ਰੀਤ ਨੂੰ ਕਿ ਮਨਪ੍ਰੀਤ ਆਪਣੇ ਸਾਥੀਆਂ ਨੂੰ ਵੀ ਮੇਰੇ ਵੱਲੋਂ ਵਧਾਈ ਦੀ ਹੂੰ ਕਈ ਵੀ ਪ੍ਰਧਾਨ ਮੰਤਰੀ ਨੇ ਵਧਾਈ ਭੇਜੀ ਹੈ ਜੀ ਮੈਂ ਤੁਹਾਨੂੰ ਮਿਲੂੰਗਾ ਤੁਹਾਨੂੰ ਬੁਲਾਉਂਗਾ ਚਾਹ ਦੇ ਕਫਤੇ ਆਪਾਂ ਇਕੱਠੇ ਹੋਵਾਂਗੇ ਇਹ ਵੀ ਗੱਲ ਕਹਿਤੀ ਪਰ ਮੈਨੂੰ ਨਾ ਭਗਵੰਤ ਮਾਨ ਕਾਲ ਬਹੁਤ ਪੈਰਾ ਲੱਗਿਆ ਅੱਛਾ ਜੀ ਭਗਵੰਤ ਮਾਨ ਨੇ ਕੱਲ ਬੜੀ ਪਤੇ ਦੀ ਗੱਲ ਕੀਤੀ ਹੈ ਜਿਹੜੀ ਕਿਸੇ ਵੀ ਸਸਦਾਨ ਨੇ ਨਹੀਂ ਕਹੀ ਅੱਛਾ ਜੀ ਭਗਵੰਤ ਮਾਨ ਕਹਿੰਦਾ ਵੀ ਪ੍ਰਧਾਨ ਮੰਤਰੀ ਜੀ ਮੇਰੀ ਇੱਕ ਬੇਨਤੀ ਹੈ ਮੇਰੀ ਸੁਣ ਲਓ ਹਾਂ ਪ੍ਰਧਾਨ ਮੰਤਰੀ ਇਹ ਤਾਂ ਬੁਰਾ ਨਹੀਂ ਸੀ ਨਾ ਸੁਣਾਉਣੀ ਸੀ ਆਪਦੀ ਗੱਲ ਹਾਂ ਉਹ ਕਹਿੰਦਾ ਇਹ ਜਿਹੜੇ ਮੁੰਡੇ ਹਾਕੀ ਜਿੱਤ ਕੇ ਆਏ ਆ ਕੀ ਦੇ ਮੁੰਡੇ ਆ ਇਹ ਹਾਂ ਇੱਕ ਕਿਸਾਨਾਂ ਦੇ ਮੁੰਡੇ ਆ ਇਹ ਮਜ਼ਦੂਰਾਂ ਦੇ ਮੁੰਡੇ ਆ ਇਹਨਾਂ ਦੇ ਭਰਾ ਸਰਹੱਦਾਂ ਤੇ ਲੜਦੇ ਆ ਲੜਦੇ ਇਹ ਦੇਸ਼ ਦੀ ਖਾਤਰ ਚਾਂਦੀ ਲੈ ਕੇ ਆਏ ਆ ਜਾਂ ਕਾਂਸੀ ਲੈ ਕੇ ਆਏ ਆ ਇਹਨਾਂ ਦੇ ਪਿਓ ਕਿੱਥੇ ਬੈਠੇ ਆ ਬਾਰਡਰਾਂ ਤੇ ਬੈਠੇ ਆ ਕਹਿੰਦਾ ਯਾਰ ਤੂੰ ਇੰਨਾ ਕੁ ਖੁਸ਼ੀ ਕਹਿ ਦੇ ਯਾਰ ਕਾਲੇ ਕਾਨੂੰਨ ਵਾਪਸ ਲੈ ਲੈ ਆ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਕਿੱਥੇ ਗੱਲ ਜਾਣੀ ਹੈ ਹਾਂ ਕਿੱਥੇ ਜਾਣੀ ਹੈ ਪ੍ਰਧਾਨ ਮੰਤਰੀ ਦਾ ਕਦ ਬੁੱਤ ਕਿੱਡਾ ਵੱਜ ਜਾਂਦਾ ਜੀ 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 ਕਿ ਯਾਰ ਕਿੱਡੀ ਵੱਡੀ ਗੱਲ ਕਰਤੀ ਆ ਦੇਖੋ ਵਿਤਲਬ ਐਡਾ ਵੱਡਾ ਦਿਲਦਾਰਾ ਪ੍ਰਧਾਨ ਮੰਤਰੀ ਹਮ ਹਮ ਔਰ ਮੇਰੇ ਖਿਆਲ ਮੁਤਾਬਕ ਆਪਾਂ ਇਹ ਕਹਿ ਸਕਦੇ ਨੇ ਕਿ ਜੇ ਇਹ ਗੱਲ ਪ੍ਰਧਾਨ ਮੰਤਰੀ ਕਰ ਦਿੰਦਾ ਇਹ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਨੇ ਸੀ ਸਰਕਾਰ ਬਣਾਉਣੀ ਹੈ ਕੱਲ ਬਹੁਤ ਵਧੀਆ ਮੌਕਾ ਸੀ ਨਾ ਕੁੜੀ ਹੂੰ ਹੂੰ ਸਰਕਾਰ ਬਣਾਉਣ ਵਾਲੀ ਸਰਕਾਰ ਨਹੀਂ ਨਾ ਟੱਲੋ ਸਾਹਿਬ ਇਹਨਾਂ ਦੇ ਕੰਮ ਹੋਰ ਕਰਨੇ ਉਹ ਵਿਚਾਰੀ ਕੁੜੀ ਹੈ ਜਿਹੜੀ ਆਪਣੇ ਕੀ ਕਹਿੰਦੇ ਆ ਬੰਦਨਾ ਕਟਾਰੀਆ ਹਾਂ ਹਾਂ ਉਹਦੀ ਤਾਂ ਜਾਤ ਪਤਾ ਕੀ ਕਹਿੰਦੇ ਇੱਕ ਵੇਖ ਕੇ ਤੇ ਉਹਦੇ ਘਰ ਅੱਗੇ ਪਰਥੂ ਪਾਉਣ ਲੱਗ ਪਏ ਦੱਸ ਦੇਖੋ ਬੰਦਨਾ ਨੇ ਬੰਦਨਾ ਕਟਾਰੀਆ ਦੀ ਜਿਹੜੀ ਪਰਫਾਰਮੈਂਸ ਬਹੁਤ ਵਧੀਆ ਸੀ ਹੂੰ ਹੂੰ ਉਹਨੇ ਗੋਰਗਾਲ ਕੀਤੇ ਰੋਕ ਕੇ ਸਾਰਾ ਕੁਝ ਕੀਤਾ ਕਰਾਇਆ ਜੀ ਜਦੋਂ ਟੀਮ ਹਾਰ ਗਈ ਹੂੰ ਉਹ ਉੱਤਰਾਖੰਡ ਦੀ ਰਹਿਣ ਵਾਲੀ ਕੁੜੀ ਹੈ ਜੀ ਹਰਦਵਾਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਉਹ ਰਹਿਣ ਵਾਲੀ ਹੈ ਹੂੰ ਹੂੰ ਜਦੋਂ ਟੀਮ ਹਾਰ ਗਈ ਘਰ ਦਾ ਕੁੰਡਾ ਲੱਗਿਆ ਸੀ ਪਰਿਵਾਰਕ ਮੈਂਬਰਾਂ ਦੇ ਕੋਲ ਪਤਾ ਨਹੀਂ ਵਿਚਾਰਾਂ ਕੋਈ ਟੀਵੀ ਸੀ ਕਿ ਨਹੀਂ ਸੀ ਨਹੀਂ ਸੀ ਹਾਂ ਕੁਛ ਮਸਟੰਡੇ ਉਹਨਾਂ ਦੇ ਗੇਟ ਤੇ ਆ ਗਏ ਹੂੰ ਹੂੰ ਗੇਟ ਤੇ ਆ ਕੇ ਪਟਾਕੇ ਚਲਾਉਣੀ ਸ਼ੁਰੂ ਕਰਦੇ ਅੱਛਾ ਉਹਦਾ ਭਰਾ ਬਾਹਰ ਆਇਆ ਹੂੰ ਬਾਹਰ ਆ ਕੇ ਭਰਾ ਨੇ ਜਦੋਂ ਗੁੱਡਾ ਖੋਲ੍ਹਿਆ ਦੇਖਿਆ ਕੀ ਗੱਲ ਹੈ ਪਟਾਕੇ ਪਾਈ ਜਾਂਦੇ ਗਾਲਾਂ ਕੱਢੀਆਂ ਅੱਛਾ ਨੰਗੇ ਹੋ ਗਏ ਬੰਦੇ ਦੱਸ ਕੱਪੜੇ ਲਾਤੀ ਕਹਿੰਦੇ ਇਹਨਾਂ ਨੂੰ ਆ ਗਰੀਬਾਂ ਨੂੰ ਦਲਤਾਂ ਦੀਆਂ ਕੁੜੀਆਂ ਦਾ ਕਹਿੰਦੇ ਟੀਮ ਚ ਪਾਤੀਆਂ ਚੱਕ ਕੇ ਜਿੱਤ ਭਾਲਦੇ ਇਹਨਾਂ ਨੂੰ ਤਾਂ ਹਰ ਨਹੀਂ ਹਰਨਾ ਸੀ ਅੱਜ ਅੱਜ ਜਿਹੜੀ ਕੁੜੀ ਭਾਵੇਂ ਇੰਗਲੈਂਡ ਨਾਲ ਹਾਰ ਗਈ ਹਾਰ ਗਈ ਚਾਰਾਂ ਦੇ ਮੁਕਾਬਲੇ ਤਿੰਨ ਲੀਆਂ ਲੇਕਿਨ ਤੁਸੀਂ ਦੇਖੋ ਕਿ ਮੁਕਾਬਲਾ ਕਿਡਾ ਸਖਤ ਸੀ ਹਮਮ ਔਰ ਜਦੋਂ ਉਹਨਾਂ ਕੁੜੀਆਂ ਨੂੰ ਪ੍ਰਾਈਮ ਮਿਨਿਸਟਰ ਨੇ ਫੋਨ ਕੀਤਾ ਜੀ ਪੁੱਛਿਆ ਉਹਨਾਂ ਨੇ ਤੇ ਕੁੜੀਆਂ ਰੋ ਰਹੀਆਂ ਸੀ ਜਦੋਂ ਕੁੜੀਆਂ ਰੋ ਰਹੀਆਂ ਸੀ ਇੰਗਲੈਂਡ ਦੀ ਜਿਹੜੀ ਜੇਤੂ ਟੀਮ ਆ ਕੇ ਉਹਨਾਂ ਨੂੰ ਹੌਸਲਾ ਬਦਾਰੀ ਸੀ ਹਮਮ ਔਰ ਉਹ ਕਹਿ ਰਹੀਆਂ ਸੀ ਕਿ ਤੁਸੀਂ ਭਾਵੇਂ ਠੀਕ ਹੈ ਵੀ ਅੰਕਾਂ 'ਚ ਹਾਰ ਗਏ ਪਰ ਅਸੀਂ ਮਹਿਸੂਸ ਕਰਦਿਆਂ ਕਿ ਤੁਸੀਂ ਜਿੱਤਿਓਗੇ ਹੁਣ ਉਸ ਕੁੜੀ ਨੂੰ ਇੰਨੀ ਜਲੀਲ ਤਾਲੀ ਗੱਲ ਕਰਨੀ ਤੇ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਥੋਂ ਕਿ ਤੱਕ ਗੱਲ ਕਰੀਏ ਤੇ ਇੱਥੇ ਨਹੀਂ ਕਿਸੇ ਨਾਲ ਉੱਥੇ ਉੱਥੇ ਕਹਿ ਨਹੀਂ ਵੀ ਆ ਕੀ ਕਰਦੇ ਉੱਥੇ ਉਸ ਪਰਿਵਾਰ ਨਾਲ ਕਿਉਂ ਨਹੀਂ ਗੱਲ ਕੀਤੀ ਹੂੰ ਹੂੰ ਉਥੋਂ ਦੇ ਜਿਹੜੇ ਹੈਗੇ ਮੁੱਖ ਮੰਤਰੀ ਨਾਲ ਕਿਉਂ ਨਹੀਂ ਗੱਲ ਕੀਤੀ ਜੀ ਬੀਜਪੀ ਨਾਲ ਕਿਉਂ ਨਹੀਂ ਗੱਲ ਕੀਤੀ ਕਿ ਇਹ ਕੁੜੀ ਦੇ ਘਰ ਅੱਗੇ ਕੀ ਕੀਤਾ ਜਾਤ ਪਾਤ ਦੇ ਨਾਂ ਦੇ ਉੱਤੇ ਯਾਰ ਤੁਸੀਂ ਇੰਨਾ ਕੁਝ ਕਰੀ ਜਾਂਦੇ ਹੋ ਸਾਡਾ ਤਾਂ ਦੇਖੋ ਗੱਲ ਇਹ ਹੈ ਦਾਨੀ ਵਾਲੀਆ ਸਾਹਿਬ ਮੇਰਾ ਤਾਂ ਇਹ ਮੰਨਣਾ ਹੈ ਹੂੰ ਕਿ ਸਾਡਾ ਦੇਸ਼ ਇਕਤਾ ਜਿਹੜੇ ਹੈ ਨਾ ਜਿਹਦਾ ਜ਼ਿਕਰਦਾ ਉਹੀ ਬਾਬਾ ਬਣ ਜਾਂਦਾ ਹੈ ਬਿਲਕੁਲ ਬਿਲਕੁਲ ਉਹ ਜਿੱਥੋਂ ਮਰਜ਼ੀ ਹੈ ਕੱਢ ਕੇ ਨਾ ਕੋਈ ਬਹਿ ਜਾਂਦਾ ਕਹਿੰਦੇ ਜੀ ਆਹ ਬਾਬਾ ਰੱਬ ਦੇ ਕੋਲੇ ਹੈ ਹੂੰ ਰੱਬ ਜਿੰਨੇ ਬਾਬੇ ਉਹਨੇ ਰੱਬ ਉਹਨੇ ਰੱਬ ਤੇ ਜਿੰਨੇ ਲੀਡਰ ਉਹਨੀਆਂ ਜਾਤਾਂ ਗੋਤਾਂ ਸਾਰਾ ਕੁਝ ਕਰਖਰਾ ਕੇ ਇਹ ਰੱਬਾਂ ਰੱਬਾਂ ਨੇ ਤੇ ਜਾਤਾਂ ਗੋਤਾਂ ਨੇ ਤੁਸੀਂ ਦੇਖੋ ਸਾਡੀ ਹਾਲਤ ਕੀ ਚੀਨ ਨਾਸਤਕ ਹੈ ਉੱਥੇ ਕੋਈ ਰੱਬ ਨਹੀਂਗਾ ਕਿਸੇ ਬਾਬੇ ਸ਼ਾਬੇ ਨੂੰ ਨਹੀਂ ਮੰਨਦੇ ਉਹ ਉਹਨਾਂ ਦੀ ਹਾਲਤ ਕੇ ਸਭ ਤੋਂ ਵੱਧ ਜਿਹੜੇ ਹੈਗਾ ਤਮਗੇ ਉਹਨਾਂ ਕੋਲੇ ਤੇ ਸਭ ਤੋਂ ਘੱਟ ਵਾਲੇ ਜਿਹੜੇ ਮੇਰਾ ਕਹਦਾ ਅਸੀਂ ਹੋਵਾਂਗੇ ਅਸੀਂ ਹੋਵਾਂਗੇ ਬਿਲਕੁਲ ਠੀਕ ਹੈ ਤੇ ਪਰ ਆਪਣਾ ਤਾਂ ਇੱਕ ਹੋਰ ਤਗਮਾ ਆਪਾਂ ਕਰ ਹੀ ਲੈਨੇ ਨਾ ਜਸੂਸੀ ਵਾਲਾ ਉੱਥੇ ਸੋਨ ਸੁਪਰੀਮ ਕੋਰਟ ਨੇ ਵੀ ਕਹਿੰਦੇ ਵੀ ਬੜਾ ਗੰਭੀਰ ਨੋਟਿਸ ਲੈ ਕਹਿੰਦੇ ਮਾਮਲਾ ਸੰਗੀਨ ਹੈ ਜੇ ਗੱਲ ਸਚਾਈ ਹੈ ਤਾਂ ਹਾਂ ਸੁਪਰੀਮ ਕੋਰਟ ਨੇ ਕਰ ਦੋਗਲਾ ਕਹੀਆਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਮਜ਼ਾਕ ਵੀ ਕੀਤਾ ਜੀ ਚੀਫ ਜਸਟਿਸ ਹਮੰਡੀਆ ਨੇ ਜਦੋਂ ਗਈ ਨੋ ਪਟੀਸ਼ਨਾਂ ਲੱਗਣਗੇ ਨਹੀਂ ਹੂੰ ਹੂੰ ਨੋ ਪਟੀਸ਼ਨਾਂ ਦੇ ਵਿੱਚੋਂ ਇੱਕ ਤਾਂ ਹੈਗੀ ਐ ਆਪਣੀ ਵਕੀਲ ਸਾਹਿਬ ਦੀ ਐਮ ਐਲ ਸ਼ਰਮਾ ਦੀ ਜੀ ਐਮ ਐਲ ਸ਼ਰਮਾ ਦਾ ਤਾਂ ਮੰਤਨ ਬਹਾਵਾ ਕੀਤਾ ਹੂੰ ਹੂੰ ਕਹਿੰਦੇ ਸ਼ਰਮਾ ਜੀ ਪਟੀਸ਼ਨਾਂ ਤੁਸੀਂ ਬਹੁਤ ਪਾ ਦਿੰਦੇ ਹੋ ਅੱਛਾ ਜੀ ਉਹ ਕੋਈ ਚੀਜ਼ ਹੋ ਜੇ ਕੁਝ ਵੀ ਹੋ ਜੇ ਸਿੱਕਬਾਜੀ ਦੇ ਤਾਂ ਵੀ ਉਹ ਪੀ ਆਈ ਐਲ ਪਾ ਦਿੰਦੇ ਹੂੰ ਹੂੰ ਪਟੀਸ਼ਨ ਤੁਸੀਂ ਬਹੁਤ ਪਾ ਦਿੰਦੇ ਪਰ ਤੁਹਾਡੀ ਪਟੀਸ਼ਨਾਂ ਦੇ ਵਿੱਚ ਹੈ ਕੀ ਜੀ ਸਿਵਾਏ ਅਖਬਾਰਾਂ ਦੀਆਂ ਕਟਿੰਗਾਂ ਦੇ ਹਵਾਲੇ ਤੋਂ ਕੱਖ ਨਹੀਂ ਹੂੰ ਹੂੰ ਹੋਰ ਆਂਦੀਆਂ ਵੀ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਇੱਕੋ ਇੱਕ ਪਟੀਸ਼ਨ ਹੈ ਜਿਹਦੇ ਵਿੱਚ ਅਸੀਂ ਕੋਈ ਥੋੜਾ ਜਿਹਾ ਦਮ ਕਹਿ ਸਕਦੇ ਆ ਉਹ ਐਡੀਟਰਜ਼ ਗਲਡਾੜੀ ਹੂੰ ਹੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੰਦੇ ਸਿਆਣੇ ਹੁੰਦੇ ਹੂੰ ਹੂੰ ਉਹਨਾਂ ਦੇ ਕੋਲੇ ਕੁਝ ਹੋ ਜਾਂਦੀ ਏ ਫਿਰ ਉਹਨਾਂ ਨੇ ਇਹ ਸਵਾਲ ਕੀਤਾ ਚੀਫ ਜਸਟਿਸ ਸਾਹਿਬ ਨੇ ਕਹਿੰਦੇ 2019 ਦਾ ਮਾਮਲਾ ਹੈ ਜੀ ਭਾਈ ਘਰੀਕੋ ਬੈਠੇ ਰਹੇ ਤੁਸੀਂ 2019 ਚ ਕਿਉਂ ਨਹੀਂ ਕੀਤੀ ਗੱਲ ਹੂੰ ਹੂੰ ਉਹਨਾਂ ਨੇ ਫਿਰ ਗੱਲ ਕਿਹਾ ਵੀ ਟੈਲੀਗ੍ਰਾਫ ਐਕਟ ਦੇ ਤਹਿਤ ਜੀ ਜੇ ਕਿਸੇ ਦੀ ਕੋਈ ਜੂਸੂਸੀ ਹੁੰਦੀ ਸੀ ਟੈਲੀਗ੍ਰਾਫ ਐਕਟ ਦੇ ਤਹਿਤ ਤੁਸੀਂ ਕਿਸ ਤਰ੍ਹਾਂ ਕਰਾਇਆ ਹੂੰ ਆਈਟੀ ਐਕਟ ਦੇ ਤਹਿਤ ਕਿਸ ਤਰ੍ਹਾਂ ਕਰਾਇਆ ਹੂੰ ਕਪਲ ਸਿਵਲ ਨੇ ਫਿਰ ਇਹਦਾ ਜਵਾਬ ਦਿੱਤਾ ਜੀ ਕਪਲ ਸਿਵਲ ਕਹਿੰਦਾ ਜੀ ਗੰਭੀਰਤਾ ਕਿੰਨੀ ਹੈ ਹੂੰ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ ਇਹ ਕੋਈ ਜਿਹੜੀ ਹੈਗੀ ਜਸੂਸੀ ਸਧਾਰਨ ਬੰਦਾ ਨਹੀਂ ਕਰ ਰਿਆ ਹੂੰ ਇਹਦਾ ਜੇ ਅਸੀਂ ਇਸرائیਲ ਵਾਲਿਆਂ ਦੀ ਗੱਲ ਦੇਖੀ ਤਾਂ ਉਹ ਕਹਿੰਦੇ ਅਸੀਂ ਇਹ ਜੋ ਕੁਝ ਦਿੰਨੇ ਆ ਹੂੰ ਹੂੰ ਇਹ ਅਸੀਂ ਪ੍ਰਾਈਵੇਟ ਬੰਦਿਆਂ ਨੂੰ ਨਹੀਂ ਦਿੰਦੇ ਅਸੀਂ ਸਰਕਾਰਾਂ ਨੂੰ ਦਿੰਨੇ ਹਾਂ ਮਿੱਤਰ ਸਰਕਾਰਾਂ ਨੂੰ ਦਿੰਨੀ ਆ ਔਰ ਖਬਰਾਂ ਤਾਂ ਅਖਬਾਰਾਂ ਦੇ ਵਿੱਚ ਜਾਣੇ ਲਿਆ ਸਭ ਇਹ ਵੀ ਲੱਗੀਆਂ ਪਈਆਂ ਜੀ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇਸرائیਲ ਗਏ ਹੂੰ ਹੂੰ ਇਸرائیਲ ਜਾਣ ਤੋਂ ਬਾਅਦ ਹੀ ਇਹ ਸਾਰੇ ਦਾ ਸਾਰਾ ਕੁਝ ਹੋਇਆ ਸੀ ਜੀ ਉਦੋਂ ਇਸرائیਲ ਦੇ ਵਿੱਚ ਗਏ ਤੇ ਕਹਿੰਦੇ ਜੀ ਇਸرائیਲ ਦੇ ਵਿੱਚੋਂ ਹੀ ਉਹਨਾਂ ਦੀ ਜਿਹੜੀ ਕੋਈ ਸਹਿਮਤੀ ਹੋਈ ਹੈ ਤੇ ਫੇਰ ਉਹ ਗੱਲ ਕੀਤੀ ਹੂੰ ਤੇ ਉਹ ਕਹਿੰਦੇ ਵੀ ਤੁਸੀਂ ਸਾਰਾ ਜਿਹੜਾ ਹੈਗਾ ਮਟੀਰੀਅਲ ਕਿਉਂ ਨਹੀਂ ਲੈ ਕੇ ਆਏ ਜੀ ਇਹ ਫਿਰ ਕਪਲ ਸਿਵਲ ਨੇ ਇਥੇ ਦਲੀਲ ਦਿੱਤੀ ਕਿ ਨਹੀਂ ਸ਼੍ਰੀਮਾਨ ਜੀ ਜਿੱਥੇ ਸਰਕਾਰ ਇਨਵੋਲਵ ਹੋਵੇ ਹੂੰ ਹੂੰ ਅਸੀਂ ਜਿਹੜੀ ਚੀਜ਼ ਮੰਗਾਗੇ ਸਾਨੂੰ ਕੋਈ ਚੀਜ਼ ਕਿਉਂ ਦੇਊਗਾ ਜੀ ਤੁਹਾਡੇ ਕੋਲੇ ਅਸੀਂ ਤਾਂ ਹੀ ਆਏ ਆ ਕਿ ਅਦਾਲਤ ਇਸ ਮਾਮਲੇ ਦੇ ਉੱਤੇ ਜੋ ਜੋ ਜਿਹੜੀਆਂ ਗੱਲਾਂ ਨੇ ਅਦਾਲਤ ਆਪਣੇ ਆਪ ਸਰਕਾਰ ਤੋਂ ਜਵਾਬ ਮੰਗੇ ਜਵਾਬ ਮੰਗੇ ਜਿਹੜੀਆਂ ਚੀਜ਼ਾਂ ਅਸੀਂ ਦੱਸਾਂਗੇ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਦੇਸ਼ ਹੈ ਹੂੰ ਹੂੰ ਜਿੱਥੇ ਮੁਕਦਮੇ ਚੱਲ ਰਹੇ ਹੈ ਜਿੱਥੇ ਪੜਤਾਲਾਂ ਚੱਲ ਰਹੀਆਂ ਹੈ ਇਸਰਾਈਲ ਦੇ ਨੇ ਆਪ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੀ ਫਰਾਂਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੇ ਵੀ ਉੱਥੇ ਵੀ ਪੜਤਾਲ ਸ਼ੁਰੂ ਹੋ ਗਈ ਹੈ ਹੂੰ ਹੂੰ ਭਾਰਤ ਦੇ ਵਿੱਚ ਪੜਤਾਲ ਕਿਉਂ ਨਹੀਂ ਸ਼ੁਰੂ ਹੁੰਦੀ ਸਾਡੀ ਪਹਿਲੀ ਗੱਲ ਤਾਂ ਇਹ ਹੈ ਜੀ ਦੂਜੀ ਗੱਲ ਹੈ ਜਿਹੜੀ ਇਹ ਪੜਤਾਲ ਹੈ ਇਹ ਪੜਤਾਲ ਅਫਸਰਾਂ ਤੇ ਨਹੀਂ ਛੱਡੀ ਜਾ ਸਕਦੀ ਹੂੰ ਹੂੰ ਸੁਪਰੀਮ ਕੋਰਟ ਆਪ ਦੀ ਜੇਰੇ ਨਿਗਰਾਨੀ ਇਹ ਪੜਤਾਲ ਕਰਵਾਵੇ ਜੀ ਔਰ ਤੁਸੀਂ ਅਸੀਂ ਤਾਂ ਤੁਹਾਡੇ ਰਾਹੀਂ ਹੀ ਸਾਰੀ ਇਨਫੋਰਮੇਸ਼ਨ ਲੈਣੀ ਹੈ ਬਹੁਤ ਸਾਰੀਆਂ ਚੀਜ਼ਾਂ ਉਹ ਹੈ ਜਿਹੜੇ ਦਸਤਾਵੇਜ਼ ਤੁਸੀਂ ਮੰਗਵਾ ਸਕਦੇ ਹੋ ਸਰਕਾਰ ਤੋਂ ਸਾਨੂੰ ਤਾਂ ਮਿਲਣੇ ਨੇ ਕਿਉਂਕਿ ਸੁਪਰੀਮ ਕੋਰਟ ਦਾ ਅਥਾਰਟੀ ਹੈ ਜੋ ਸੁਪਰੀਮ ਕੋਰਟ ਨੇ ਕਿਹਾ ਤਾਂ ਉਹ ਦੇਣਾ ਪੜੇ ਫਿਰ ਉਹਨਾਂ ਨੇ ਜੱਜ ਸਾਹਿਬ ਨੇ ਕਿਹਾ ਕਹਿੰਦੇ ਵੀ ਜੇ ਇਹ ਦੋਸ਼ ਸੱਚੇ ਹੈ ਜੀ ਇਹਨਾਂ ਦੇ ਵਿੱਚ ਕੋਈ ਧਮਖਮ ਹੈਗਾ ਮਾਮਲਾ ਫਿਰ ਛੋਟਾ ਨਹੀਂ ਗੰਭੀਰ ਗੰਭੀਰ ਹੈ ਮਾਮਲਾ ਗੰਭੀਰ ਬਹੁਤ ਹੈ ਉੱਥੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੀ ਜਿਹੜੀ ਸੁਪਰੀਮ ਕੋਰਟ ਦੀ ਰਜਿਸਟਰੀ ਹੈ ਜੀ ਯੂਨੀਵਰਸਲ ਰਜਿਸਟਰ ਦਾ ਦਫਤਰ ਕਹਿੰਦੇ ਨਹੀਂ ਹੈ ਰਜਿਸਟਰੀ ਦੇ ਦੋ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਜਿਹੜੇ ਹੈਗੇ ਟੈਲੀਫੋਨ ਵੀ ਟੈਪ ਹੋਏ ਇਹਦੇ ਚ ਆਪਣਾ ਨਿਗਰਾਨੀ ਹਿੱਟ ਹੈ ਹਮ ਹਮ ਇੱਕ ਜਿਹੜੇ ਹੈਗੇ ਤੁਹਾਡੇ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋ ਚੁੱਕੇ ਆ ਉਹਨਾਂ ਦਾ ਵੀ ਟੈਲੀਫੋਨ ਜਿਹੜਾ ਇਹਦੇ ਤੇ ਸੀ ਕਿੰਨੇ ਲੋਕ ਹੈਗੇ ਜਿਨ੍ਹਾਂ ਦੇ ਟੈਲੀਫੋਨ ਹੈਗੇ ਜੁਡੀਸ਼ਰੀ ਵੀ ਆ ਗਈ ਲੈਜਿਸਲੇਚਰ ਵੀ ਆ ਗਈ ਮੀਡੀਆ ਵੀ ਆ ਗਿਆ ਰਹਿ ਕੀ ਗਿਆ ਜੀ ਜਿਹੜੀ ਦੂਜੀ ਐਗਜ਼ੀਕਟਿਵ ਉਹ ਵੀ ਸਾਰਾ ਕੁਝ ਆ ਗਿਆ ਇਹਨੂੰ ਭੁੰਨਾਓ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਦਾਂ ਕਰੋ ਜਿਨੀਆਂ ਤੁਸੀਂ ਪਟੀਸ਼ਨਾਂ ਤਿਆਰ ਕੀਤੀਆਂ ਇਹਨਾਂ ਪਟੀਸ਼ਨਾਂ ਦੀ ਕਾਪੀ ਕੇਂਦਰ ਨੂੰ ਦੇ ਦਿਓ ਹਾਂ ਕੇਂਦਰ ਸਰਕਾਰ ਨੂੰ ਦੇ ਦਿਓ ਹੂੰ ਹੂੰ ਔਰ ਅਗਲਾ ਮੰਗਲਵਾਰ ਜੀ ਅੱਜ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਹੈ ਸੋਮਵਾਰ ਨੂੰ ਮੇਰਾ ਕੋਈ ਹੋਰ ਕੇਸ ਲੱਗੇ ਹੋਣਗੇ ਜੀ ਅਗਲੇ ਮੰਗਲਵਾਰ ਨੂੰ ਸੁਣਵਾਈ ਹੋਣੀ ਤੇ ਫੇਰ ਹੋਣੀ ਜੀ ਤੇ ਟੱਲੋ ਸਾਹਿਬ ਸੈਣੀ ਸਾਹਿਬ ਤੇ ਕੀ ਆ ਰਿਹਾ ਅਪਡੇਟ ਕਹਿੰਦੇ ਮੁਸ਼ਕਲਾਂ ਲਗਾਤਾਰ ਵਾਧਾ 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 ਦੇਖੋ ਦੋ ਤਿੰਨ ਗੱਲਾਂ ਆ ਗਈਆਂ ਜੀ ਹਮ ਇੱਕ ਗੱਲ ਤੇ ਇਹ ਆ ਗਈ ਕਿ ਕਹਿੰਦੇ 3 ਦਰਜਨ ਦੇ ਕਰੀਬ ਖਾਤੇ ਆ ਜਿਹੜੇ ਜੀ ਉਹ ਸੀਲ ਕਰਤੀ ਹਮ ਉਹ ਸਾਰੇ ਦੇ ਸਾਰੇ ਸੁਮੇਤ ਸਿੰਘ ਸੈਣੀ ਦੇ ਨਹੀਂ ਅੱਛਾ ਜੀ ਉਹ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਸਹਿਦੋਸ਼ੀ ਆ ਉਹਨਾਂ ਦੇ ਵੀ ਆ ਔਰ ਇੱਕ ਇੱਕ ਬੈਂਕ ਦੇ ਵਿੱਚ ਕਈ ਕਈ ਖਾਤੇ ਹੂੰ ਹੂੰ ਕਈ ਕਈ ਬੈਂਕਾਂ 'ਚ ਇੱਥੋਂ ਤੱਕ ਕਿ ਕਹਿੰਦੇ ਕੁਝ ਵਿਦੇਸ਼ੀ ਬੈਂਕਾਂ ਦੇ ਵਿੱਚ ਵੀ ਖਾਤੇ ਹੈਗੇ ਹੈਗੇ ਹੈ ਅੱਛਾ ਫਿਰ ਇਹ ਜਿਹੜੀ ਖਾਤਿਆਂ ਦੀ ਪੜਤਾਲ ਵਗੈਰਾ ਹੁੰਦੀ ਹੈ ਹੂੰ ਹੂੰ ਇਹ ਆਮ ਬੰਦੇ ਦੇ ਬਸਤਾਰੋਗ ਨਹੀਂ ਹੁੰਦੀ ਜੀ ਇਹ ਕਾਫੀ ਦੇ ਤੇ ਤੁਹਾਨੂੰ ਪਤਾ ਵੀ ਵਰਕ ਕਰਨਾ ਪੈਂਦਾ ਵਰਕ ਕਰਨਾ ਪੈਂਦਾ ਸਾਡੀ ਪੁਲਿਸ ਜਿਹੜੀ ਹੈਗੀ ਆ ਉਹ ਪੁਲਿਸ ਨੇ ਉਸ ਤਰ੍ਹਾਂ ਨਹੀਂ ਦੀ ਪੜਤਾਲ ਕਰ ਸਕਦੀ ਹੂੰ ਹੂੰ ਇਹਦੇ ਲਈ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਇਹਦਾ ਕੁਛ ਨਾ ਕੁਛ ਕਰਗੇ ਤੇ ਉਹਨਾਂ ਈਡੀ ਨੂੰ ਕਹਿਤਾ ਜੀ ਕਿ ਈਡੀ ਵਾਲੇ ਭਾਈ ਇਹਦੇ ਤੇ ਆਪਦਾ ਥੋੜਾ ਜਿਹਾ ਹੱਥ ਅਜਮਾਉਣ ਤੇ ਈਡੀ ਵਾਲੇ ਕਹਿੰਦੇ ਈਡੀ ਨੇ ਕਹਿੰਦੇ ਜੀ ਆਪਣੇ ਪੱਤਰ ਦੇ ਉੱਤੇ ਕੇਸ ਰਜਿਸਟਰ ਕਰ ਲੇ ਜੀ ਉਹਨਾਂ ਨੇ ਕਿਹਾ ਤੇ ਅੱਗੇ ਕਰ ਲਾਂਗੇ ਈਡੀ ਦੇ ਨਾਲ ਹਮਮ ਅਗਲੀ ਗੱਲ ਇਹ ਕਿ ਨਿਮਰਤ ਦੀਪ ਸਿੰਘ ਅੱਛਾ ਜੀ ਜਿਹੜਾ ਉਹ ਐਕਸੀਐਨ ਪੀਡਬਲੂ ਪੀਡਬਲੂ ਪਲਵਾਨ ਪਲਵਾਨ ਤਾਂ ਮੇਰੇ ਖਿਆਲੋਂ ਦੂਜਾ ਹੈਗਾ अच्छा वो ता अच्छा जीजी दाਤੇ ਕੋਠੀ ਲਈ ਹੈ जीजी નામે ਤੇ ਕੋਠੀ ਲਈ ਹੈ ਉਹ ਅਸਲ ਦੇ ਵਿੱਚ ਉਹ ਜਿਹੜਾ ਹੈਗਾ ਉਹਦਾ ਬਾਪ ਜੀ ਇੱਕ ਲੈਕਚਰਰ ਰਿਟਾਇਰ ਹੋਇਆ ਸੀ ਜਦੋਂ ਉਹਦਾ ਬਾਪ ਲੈਕਚਰਰ ਰਿਟਾਇਰ ਹੋਇਆ ਜਿਹੜੀ ਉਹਨੂੰ ਉਦੋਂ ਪੂੰਜੀ ਮਿਲੀ ਸੀ ਹੂੰ ਤੇ ਜਿਹੜੀ ਉਹਦੇ ਕੋਲ ਉਸ ਵੇਲੇ ਜਾਇਦਾਦ ਸੀ ਉਹਦੇ ਬਾਪ ਦੀ ਰਿਟਾਇਰਮੈਂਟ ਹੋਣ ਵੇਲੇ ਵੀ ਆਪਾਂ ਕੱਲ ਵੀ ਗਈ ਸੀ ਨੌ ਦੁਕਾਨਾਂ ਸੀ ਅਦੇਖ ਕਿਲੇ ਚ ਹੂੰ ਤੇ ਹੁਣ ਪੈਸਾ ਪਤਾ ਹੀ ਨਹੀਂ ਹੈ ਕਿੰਨਾ ਖ ਜੀ ਅੱਛਾ ਜਦੋਂ ਸੈਣੀ ਹੁਣੀ ਬਣਿਆ ਹੈ ਡਾਇਰੈਕਟਰ ਚੀਫ ਵਿਜੀਲੈਂਸ ਬਿਊਰੋ ਉਦੋਂ ਸੈਣੀ ਹੁਰਾ ਨਾਲ ਉਹਨਾਂ ਦਾ ਬਾਪ ਹੈ ਅੱਛਾ ਜੀ ਕੱਲ ਮੈਂ ਕਿਸੇ ਰੈਡੀਓ ਦੇ ਤੇ ਹੋਰ ਗੱਲ ਆਰਟੀਵੀ ਚੈਨਲ ਦੇ ਉੱਤੇ ਗੱਲ ਸੁਣ ਰਿਹਾ ਸੀ ਕੋਈ ਐਂਕਰ ਸੀ ਹੂੰ ਹੂੰ ਉਹ ਜ਼ਿਕਰ ਕਰਦਾ ਸੀ ਕਿ ਤਾਂ ਸੀ ਝੀਲ ਕੋਲੇ ਘੁੰਮਦੇ ਫਿਰਦੇ ਸੀ ਹਾਂ ਹਾਂ ਤੇ ਮੇਰੇ ਨਾਲ ਕਹਿੰਦਾ ਇੱਕ ਸਾਬਕਾ ਸਾਬਕਾ ਵਜੀਰ ਵੀ ਸੀ ਜੀ ਉੱਥੇ ਕੋਈ ਆ ਗਿਆ ਉਹ ਬਾਜੇ ਵਾਲਾ ਹੀ ਸੀ ਤੇ ਉੱਥੇ ਕਹਿੰਦਾ ਜੀ ਨਾਲ ਇੱਕ ਬੰਦਾ ਤੇ ਉਹ ਕਹਿੰਦੇ ਜੀ ਇਹ ਨਿਮਰਤਦੀਪ ਮੈਂ ਕਦੀ ਕੌਣ ਉਹ ਕਹਿੰਦਾ ਬੜੇ ਉਹਨਾਂ ਨੇ ਗੱਲ ਕੀਤੀ ਵੀ ਨਿਮਰਤਦੀਪ ਹੂੰ ਹੂੰ ਮੈਂ ਪਰਸੂ ਹੀ ਗੱਲ ਦੱਸ ਸੀ ਕਿ ਉਹਦੇ ਜਿਹੜੇ ਪਹਿਲੇ ਸਬੰਧ ਬਣੇ ਹੈ ਜੀ ਜੀ ਪਹਿਲੇ ਸਬੰਧ ਉਹਦੇ ਸੁਚਾ ਸਿੰਘ ਲੰਗਾੜ ਨਾਲ ਹੁੰਦੀ ਸੀ ਹੂੰ ਹੂੰ ਸੁਚਾ ਸਿੰਘ ਲੰਗਾੜ ਤੋਂ ਅਕਾਲੀਆਂ ਚ ਬਣੀ ਅਕਾਲੀਆਂ ਚ ਬਣੀ ਅਕਾਲੀਆਂ ਤੋਂ ਬਾਅਦ ਸੈਣੀ ਹੁੰਮੀ ਬਣ ਕੇ ਡਾਇਰੈਕਟਰ ਵਿਜੀਲੈਂਸ ਬਣੋ ਚੀਫ ਡਾਇਰੈਕਟਰ ਬਣ ਕੇ ਇਹਨਾਂ ਨਾਲ ਬਣ ਕੇ ਫਿਰ ਸੈਣੀ ਹੁੰਮੀ ਬਣ ਕੇ ਡੀਜੀਪੀ ਜੀ ਜੀ ਤੇ ਫਿਰ ਤੱਕ ਕਹਿੰਦੇ ਵਿਜੀਲੈਂਸ ਕੀ ਸਾਰੇ ਥਾਂਾਂ ਤੇ ਚੱਲਦਾ ਹੀ ਉਹਦਾ ਸੀ ਅੱਛਾ ਜੀ ਵੱਡੀ ਗੱਲ ਜਿਹੜੀ ਹੁਣ ਇੱਕ ਨਵਾਂ ਸਿਆਪਾ ਪੈ ਗਿਆ ਹੂੰ ਹੂੰ ਕਿ ਉਸ ਬੰਦੇ ਨੂੰ ਨਿਮਰਤ ਦੀਪ ਸਿੰਘ ਨੂੰ ਪੰਜਾਬ ਪੁਲਿਸ ਦੀ ਸਕਿਉਰਿਟੀ ਮਿਲੀ ਹੋਈ ਹੈ। ਅੱਛਾ 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 ਦੱਸੋ। ਇੱਕ ਐਕਸੀ ਹੈ ਨਾ ਕੀ ਉਹਨੇ ਟੈਰਰਿਜ਼ਮ ਦੇ ਖਿਲਾਫ ਕੰਮ ਕੀਤਾ ਹੈ? ਵੀ ਜਿਹਨੂੰ ਉਹਨੂੰ ਗੱਡੀਆਂ ਦਿੱਤੀਆਂ ਹੋਣ। ਕੀ ਉਹ ਕੋਈ ਐਮਐਲਏ ਐਮਪੀ ਹੈ ਕੀ ਇਸ ਸਿਲਸਿਲੇ ਹੈ ਉਹ ਐਕਸੀ ਨੇ? ਹੂੰ ਹੂੰ। ਐਕਸੀ ਨੂੰ ਕਹਿੰਦੇ 4 ਤੋਂ ਲੈ ਕੇ 6 ਦੇ ਕਰੀਬ ਗਨਮੈਨ ਮਿਲੇ ਸੀ। ਅੱਛਾ ਜੀ। ਉਹ ਗਨਮੈਨ ਕਿਹਨੇ ਮਿਲੇ ਕਹਿੰਦੇ ਜੀ ਉਹ ਚਾਚਾ ਆ ਗਿਆ ਵੀ ਤਾਂ ਸਿੱਧੀ ਡੀਜੀਪੀ ਦਾ ਹੁਕਮ ਸੀ ਜੋ ਸੁਰਸਣੀ ਸੀ। ਉਹਨਾਂ ਗਨਮੈਨਾਂ ਨੂੰ ਲੈ ਕੇ ਕੋ ਮਾਮਲੇ ਉਹ ਪਰਤਾਲ ਸ਼ੁਰੂ ਹੋਗੀ ਜੀ ਜਿਸ ਅਫਸਰ ਤੋਂ ਉਹ ਗਨਮੈਨ ਦੁਆਏ ਉਹ ਵੀ ਕਿੜਕੀ ਚ ਆ ਗਿਆ ਉਹ ਵੀ ਕਿੜਕੀ ਚ ਆ ਗਿਆ ਅਰ ਨਾ ਸਿਰਫ ਕੱਲਾ ਨਿਮਰਤ ਦੀਪ ਹੂੰ ਹੂੰ ਕਹਿੰਦੇ ਬਹੁਤ ਸਾਰੇ ਅਨਧ ਘਰਤ ਬੰਦੇ ਅੱਛਾ ਜੀ ਜਿਨ੍ਹਾਂ ਨੂੰ ਸਿਕਿਉਰਿਟੀਆ ਮਿਲ ਗਿਆ ਹੋਈ ਸਿਕਿਉਰਿਟੀ ਨੀਮੀਲੀ ਹੋਈ ਮੈਂ ਕਹਾਂਗਾ ਇਸ ਸਿੰਬਲ ਆਫ ਸਟੇਟਸ ਦੇ ਲੋਕਾਂ ਨੂੰ ਡ੍ਰੋਨ ਡ੍ਰਾਉਨ ਧਮਕਾਉਣ ਲਈ ਕਿਉਂਕਿ ਜਿਹੜੇ ਬੰਦੇ ਰੀਅਲ ਅਸਟੇਟ ਦਾ ਕੰਮ ਕਰਦੇ ਉਹਨਾਂ ਦੇ ਗਨਮੈਨ ਹੋਣਗੇ ਹਾਂ ਹਾਂ ਤੇ ਉਹ ਨਾਲ ਦੀ ਨਾਲ ਪੁਲਿਸ ਆ ਗਈ ਪੁਲਿਸ ਆ ਗਈ ਉਹ ਇੱਥੇ ਕਰਦੇ ਨੇ ਕਿ ਜਿਹੜਾ ਉਹ ਆਪਣਾ ਥੋੜਾ WW ICC ਕੀ ਕੁਸ਼ੋ ਵੀ ਹੈ ਕੰਪਨੀ ਹੈ ਆ ਉਹ ਆਦੀ ਬਾਹਰ ਭੇਜਣ ਵਾਲੀ ਹਾਂ ਬਾਹਰ ਭੇਜਣ ਵਾਲੀ ਉਹ ਰੀਅਲ ਅਸਟੇਟ ਦਾ ਕੰਮ ਵੀ ਕਰਦੀ ਹੈ ਹਾਂ 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 ਉਹਨਾਂ ਦਾ ਜਿਹੜਾ ਮਾਲਕਾ ਉਹਦੇ ਨਾਲ ਵੀ ਪੇਚਾ ਸੰਧੂ ਨੂੰ ਸੰਧੂ ਨਾਲ ਵੀ ਪੇਚਾ ਪਿਆ ਸੀ ਨਾ ਅੱਛਾ ਅੱਛਾ ਸੰਧੂ ਨਾਲ ਪੇਚਾ ਪਿਆ ਤੇ ਫਿਰ ਸੰਧੂ ਨੂੰ ਬੂ ਕਰਨ ਵਾਸਤੇ ਇੱਕ ਕੋਈ ਵਿਜੀਲੈਂਸ ਦਾ ਹੈਗਾ ਫਲਾਈਂਗ ਸਕੁਐਡ ਦਾ ਅਫਸਰ ਹੂੰ ਹੂੰ ਉਹਨੂੰ ਕਹੋ ਉਹ ਪੈ ਗਿਆ ਸੰਧੂ ਨੂੰ ਸੰਧੂ ਨੂੰ ਜੋ ਪੈ ਗਿਆ ਸੰਧੂ ਵੀ ਮਿਲਟਰੀ ਅਫਸਰ ਹੈ ਹਾਂ ਸਾਹਿਬ ਕਹਿੰਦੇ ਉਹਨੇ ਉਹਨ ਦੀ ਕੋਈ ਮਿਲਟਰੀ ਅਫਸਰ ਲੱਭਿਆ ਉਹ ਕੈਪਟਨ ਅਮਰਿੰਦਰ ਸਿੰਘ ਕੋਲੇ ਚਲਾ ਗਿਆ ਕਹਿੰਦਾ ਜੀ ਮੇਰੀ ਗਲਤੀ ਹੈ ਹੁੰਦੀ ਅਮਰਿੰਦਰ ਸਿੰਘ ਹੋਰਾਂ ਨੇ ਚੱਕ ਕੇ ਭੇਜਤਾ ਉਹਨੂੰ ਮਹਿਤਾਬ ਸਿੰਘ ਗਿੱਲ ਹੋਣਾ ਕੋਲੇ ਅੱਛਾ ਜੀ ਕਿ ਤੁਸੀਂ ਚੀਫ ਵਿਜੀਲੈਂਸ ਕਮਿਸ਼ਨਰ ਹੋ ਜੀ ਦੇਖੋ ਜਰਾ ਹੂੰ ਹੂੰ ਮਹਿਤਾਬ ਸਿੰਘ ਗਿੱਲ ਨੇ ਦੇਖਿਆ ਨਹੀਂ ਤੇ ਗੱਲ ਤਾਂ ਘਟਪੜਵਾਵਾ ਲੱਗਦੀ ਹੈ ਜੀ ਉਹਨੇ ਜਿਹੜੇ ਡਾਇਰੈਕਟ ਚੀਫ ਡਾਇਰੈਕਟਰ ਵਿਜੀਲੈਂਸ ਬਿਊ ਉਹ ਪਰਤਾਲ ਜਿਹੜੋ ਕਰਨੇ ਲੱਗੇ ਉਹਨਾਂ ਨੇ ਉਹ ਜਿਹੜੀ ਹੈ ਫਲਾਈਂਗ ਸਕੁਐਡ ਤੋਂ ਲੈ ਕੇ ਤੇ ਆਮ ਵਿਜੀਲੈਂਸ ਨੂੰ ਦਿੱਤੀ ਆਮ ਵਿਜੀਲੈਂਸ ਨੇ ਹੁਣ ਉਹ ਦਿੱਤੇ ਜਿਹੜਾ ਹੈਗਾ ਕੰਮ ਸ਼ੁਰੂ ਕਰਦੇ ਤੰਦਾਂ ਜੁੜਦਿਆਂ ਜੁੜਦਿਆਂ ਕੋਠੀ ਤੱਕ ਆ ਪਹੁੰਚ ਗਿਆਂ ਕੋਠੀ ਤੋਂ ਹੁਣ ਗਨਮੈਨਾ ਤੱਕ ਆ ਪਹੁੰਚ ਗਿਆਂ ਫੇਰ ਅੱਗੇ ਪਤਾ ਨਹੀਂ ਕਿੱਥੋਂ ਤੱਕ ਜਾਣਗੇ ਇਹ ਪਤਾ ਨਹੀਂ ਕਿੱਥੋਂ ਤੱਕ ਜਾਣਦੇ ਤੇ ਕਿੰਨਾ ਗੇੜੇ ਦੇ ਵਿੱਚ ਚੁੱਕੀ ਹੋਈ ਇਹ ਕੈਂਸਰ ਵਾਲੀਆਂ ਤੰਦਾਂ ਜਾਂਦੀਆਂ ਹਾਂ ਹਾਂ ਜੀ ਲੇਟੈਸਟ ਇਨਫੋਰਮੇਸ਼ਨ ਆਈ ਹੈ ਉਹ ਹੈ ਕਿ ਜਿਹੜਾ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਜੀ ਉਹ ਡੀਜੀ ਪੰਜਾਬ ਨੂੰ ਮਿਲ ਰਿਹਾ ਹੈ ਅੱਛਾ ਜੀ ਬਹੁਤ ਸਾਰੀਆਂ ਜਾਣਕਾਰੀਆਂ ਉਹ ਜਿਹੜੀਆਂ ਡੀਜੀ ਦੇ ਨਾਲ ਮਤਲਬ ਚਿੱਠੀ ਪੱਤਰਾਂ ਹੀ ਨਹੀਂ ਕੀਤੀਆਂ ਨਾ ਸਾਂਝੀਆਂ ਕਰਨੀਆਂ ਨਾ ਛੋਟਾ ਅਧਿਕਾਰੀ ਸਾਂਝੀ ਕਰ ਸਕਦਾ ਉਹ ਚੀਫ ਡਾਇਰੈਕਟਰ ਜਿਹੜਾ ਹੈ ਬਿਜੀ ਆਪਣਾ ਬਿਲੀ ਲੈਂਸ ਉਹ ਡੀਜੀਪੀ ਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰੂਗਾ ਜੀ ਚਲੋ ਦੇਖਦੇ ਆਗੇ-ਆਗੇ ਹੁਤਾ ਕੀ ਹੈ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਸਭ ਮਿਹਰਬਾਨੀ ਤੁਹਾਡੀ ਸੋ ਪ੍ਰੋਗਰਾਮ ਸਮਾਪਤ ਹੋਣ ਦੇ ਵਿੱਚ ਬ੍ਰੇਕ ਲੈਣ ਤੋਂ ਪਹਿਲਾਂ ਤੁਹਾਨੂੰ ਦੱਸ ਤੀ ਕਿ ਜੇਕਰ ਤੁਸੀਂ ਟਰੱਕ ਸਿੱਖਣਾ ਚਾਹੁੰਦੇ ਹੋ ਤੇ ਸੀਡੀਐਲ ਕਲਾਸ ਏ ਬੀ ਟ੍ਰੇਨਿੰਗ ਤੋਂ ਇਲਾਵਾ ਕਾਰ ਜਾਂ ਬੱਸ ਜਾਂ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟਰੈਲਰ ਦੀ ਕਿਸੇ ਪ੍ਰਕਾਰ ਲੈਣੀ ਹੈ ਤਾਂ 2020 ਸੀਡੀਐਲ ਡਰਾਈਵਿੰਗ ਸਕੂਲ ਜਿਹੜਾ ਹੈ ਜੀ ਉਹ ਵਰਜੀਨੀਆ ਦੇ ਸ਼ਹਿਰ ਫ੍ਰੈਡਰਿਕਸਬਰਗ ਦੇ ਵਿੱਚ ਖੁੱਲ ਗਿਆ ਇੱਥੋਂ ਦੀ ਖਾਸੀਅਤ ਇਹ ਹੈ ਜੀ ਜੇਕਰ ਤੁਸੀਂ ਬਾਹਰੋਂ ਕਿਤੇ ਆਉਣੇ ਹੋਰ ਸੂਬਿਆਂ ਤੋਂ ਆਉਣੇ ਦੂਜੇ ਸ਼ਹਿਰਾਂ ਤੋਂ ਆਉਣੇ ਤਾਂ ਤੁਹਾਨੂੰ ਰਹਿਣ ਦੀ ਜਿਹੜੀ ਹੈ ਸਟੇ ਫ੍ਰੀ ਦਿੱਤੀ ਜਾਏਗੀ ਤੇ ਨੇੜੇ ਤੇੜੇ ਰਹਿਣੇ ਹੋ ਤਾਂ ਪਿਕ ਐਂਡ ਡ੍ਰੌਪ ਵੀ ਫ੍ਰੀ ਕੀਤਾ ਜਾਏਗਾ ਸੋ ਤੁਸੀਂ ਸੰਪਰਕ ਕਰ ਸਕਦੇ ਹੋ ਸਣੀ ਨਾਲ 5406560985 ਤੇ ਲੌਂਗ ਹਾਲ ਚੱਲਣ ਵਾਲੇ ਟਰੱਕਰ ਵੀਰ ਧਿਆਨ ਕਰਨ ਜੀ ਜੇਕਰ ਤੁਸੀਂ ਲੋਕਲ ਰਹਿਣਾ ਚਾਹੁੰਦੇ ਹੋ ਤੇ ਸਮਾ ਫੈਮਿਲੀ ਨਾਲ ਵੱਧ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਤੇ ਇੰਗਲਿਸ਼ ਚ ਡਿਸਪੈਚ ਵੀ ਤੁਹਾਡੇ ਲਈ ਕੀਤੀ ਜਾਵੇਗੀ ਤਾਂ ਸੰਪਰਕ ਕਰੋ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਇਹ ਤੁਹਾਨੂੰ ਲੋਕਲ ਏਰੀਆ ਜੌਬ ਦੇ ਰਹੇ ਨੇ ਲੌਂਗ ਟ੍ਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਨ ਵਾਲੀ ਖਾਸ ਖੁਸ਼ਖਬਰੀ ਹੈ ਜੀ ਹੁਣ ਤੁਸੀਂ ਰਾਹ ਜਾਂਦੇ ਬਿਲਕੁਲ ਮਿਡਲ ਦੇ ਵਿੱਚ ਪੈਂਦੇ ਵਿਨਿਪੈਗ ਦੇ ਮੈਨੀਟੋਬਾ ਦੇ ਵਿੱਚ ਤੁਸੀਂ ਕਾਲਟਰਕਨ ਟ੍ਰੇਲਰ ਤੋਂ ਆਪਣੇ ਸੈਮੀ ਤੇ ਟ੍ਰੇਲਰ ਦੀ ਪੂਰੀ ਜਿਹੜੀ ਹੈ ਰਿਪੇਅਰ ਕਰਵਾ ਸਕਦੇ ਹੋ ਵਨ ਸਟਾਪ ਸ਼ਾਪ ਹੈ 82 ਰੈਨਮ ਡਰਾਈਵ ਫਾਰਮਰਸ ਰੋਡ ਵਿਨਿਪੈਗ ਪਾਰਕਿੰਗ ਹੈ ਜੀ ਵਾਸ਼ ਵੀ ਹੈ ਕੁਇਕ ਟਰੱਕ ਲਿਊਬ ਹੈ ਤੇ ਡੀਓਟੀ ਸੇਫਟੀ ਤੋਂ ਇਲਾਵਾ ਸਾਰਾ ਕੰਮ ਕੀਤਾ ਜਾਂਦੇ ਨੇ 204 450 2000 204 459 2000 ਫਿਰ ਲਾਲੇ ਕਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆਂ